ਤੁਸੀਂ ਸਿੱਖਾਂ ਦੇ ਖਿਲਾਫ ਹੋ ਅਸੀਂ ਤਾਂ ਸਿੱਖਾਂ ਤੇ ਜ਼ੁਲਮ ਦੇ ਖਿਲਾਫ ਲੜੇ ਆ ਤੇ ਇਸੇ ਕਰਕੇ ਮੇਰੇ ਤੇ ਟਾਡਾ ਲੱਗਿਆ ਸਾਡੀ ਨਵੀਂ ਪੀੜ੍ਹੀ ਕੋਲੇ ਜਾਣਕਾਰੀ ਬਹੁਤ ਆ ਅਕਲ ਹੈ ਨਹੀਂ ਉਹਦੀ ਸਾਡੀ ਉਮਰ ਬਹੁਤ ਜ਼ਿਆਦਾ ਹੈਗੀ ਪਰ ਉਹ ਕਿਤੇ ਨਾ ਕਿਤੇ ਭਾਸ਼ਾ ਦੀ ਜਿਹੜੀ ਮਰਿਆਦਾ ਉਹ ਭੁੱਲ ਜਾਂਦੇ ਆ ਉੱਥੇ ਉਹਦਾ ਕੀ ਜਵਾਬ ਦਵਾਂਗਾ ਜੰਗ ਤੇ ਅਮਨ ਦੀ ਭਾਸ਼ਾ ਇੱਥੇ ਨਹੀਂ ਜਿਹਨੂੰ ਕੱਖ ਨਹੀਂ ਪਤਾ ਉਹ ਕਹਿੰਦਾ ਬਾਬਾ ਪਹਿਲਾਂ ਤੂੰ ਦੱਸ ਉਹਨ ਕੀ ਕੀਤਾ ਤੂੰ ਕੌਮ ਲਈ ਲੈ ਦੱਸ ਮਤਲਬ ਤੁਸੀਂ ਮੈਂ ਕਹਿੰਨਾ ਮੇਰਾ ਵਿਰੋਧ ਵੀ ਕਰਨਾ ਮੇਰੇ ਬਾਰੇ ਜਾਣ ਕੇ ਵਿਰੋਧ ਕਰੋ ਇਹ ਹੁਣ ਉਹ ਕਹਿੰਦੇ ਤੂੰ ਤਾਂ ਅਮਰਤਪਾਲ ਦੇ ਖਿਲਾਫ ਸੀ ਮੈਂ ਅਮਰਤਪਾਲ ਦੇ ਵਿਚਾਰਾਂ ਦੇ ਖਿਲਾਫ ਹਾਂ ਮੈਂ ਇਸ ਦੇ ਹੱਕ 'ਚ ਨਹੀਂ ਵੀ ਉਹਦੇ ਨਾਲ ਦੇ ਬੰਦਿਆਂ ਨੂੰ ਤੁਸੀਂ ਸੂਈ ਦੇ ਨੱਕੇ 'ਚ ਨਹੀਂ ਲੰਗਾ ਦੋ ਅਮਰਤਪਾਲ ਇੱਕ ਪੀੜਤ ਤੇਰੇ ਦਾ ਨਮਾਇੰਦਾ ਪਰ ਜਿਹੜੀ ਉਹਦੀ ਹੂਕ ਆ ਜੋ ਗੱਲਾਂ ਕਰਦਾ ਉਹ ਪੀੜ ਨੂੰ ਵਧਾਉਣ ਵਾਲੀ ਆ ਹਰਨ ਕਰਨ ਵਾਲੀ ਆ ਫੇਰ ਉਹਨੇ ਸਿਕਿਉਰਿਟੀ ਆ ਜੀ ਉਹਦੀ ਹੁਣ ਉਹ ਸਿਕਿਉਰਿਟੀ ਨੂੰ ਲੋਗੋ ਤਾਂ ਲਾਉ ਨਾ ਏਜੰਸੀਆਂ ਵੀ ਕਹਿੰਨੀਆਂ ਨੇ ਉਹਦੀ ਜਾਨ ਨੂੰ ਖਤਰਾ ਉਹਦਾ ਜਿਹੜਾ ਸਿਕਿਉਰਿਟੀ ਕਵਰ ਆ ਉਹਨੇ ਉਹਦੀ ਪਛਾਣ ਰੱਖਣ ਲਈ ਇੱਕ ਲੋਗੋ ਲਾਤਾ ਹੁਣ ਉਹਨੂੰ ਕਹਿੰਦੇ ਖਾਲਸਾ ਫੌਜ ਤਿਆਰ ਕਰ ਰਿਹਾ ਸੀ ਮੈਂ ਕਹਿੰਦਾ ਮੰਨ ਲਓ ਫਰਾਰ ਆ ਪਰ ਉਹਨੂੰ ਤੋਰਿਆ ਉਸ ਰਾਹ ਜਾ ਰਿਹਾ ਜਿਵੇਂ ਏਜੰਸੀਆਂ ਚਾਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਨਾ ਤਾਨੂੰ ਬਾਹਰ ਭੇਜਣਾ ਮੇਰਾ ਆਪਣਾ ਜਾਇਦਾ ਗਲਤ ਹੋ ਸਕਦਾ ਨਾ ਉਹਨੂੰ ਮਾਰਨਾ ਉਹਨੂੰ ਬਦਨਾਮ ਕਰਕੇ ਉਹਦੀ ਪੱਤਰੋਲ ਕੇ ਉਹਦੇ ਨਾਲ ਜائیں ਸਾਰੀ ਫਿਲਮ ਦੇ ਵਿੱਚ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਆਪਾ ਸਿਆਸਤ ਦੀ ਕੁਰਸੀ ਕਹ ਲਈਏ ਮੁੱਖ ਮੰਤਰੀ ਉਹਨਾਂ ਦੀ ਕੀਹੀ ਜੀ ਭੂਮਿਕਾ ਤੁਹਾਨੂੰ ਲੱਗਦੀ ਹੈ ਜਿੱਦ ਤੇ ਭਗਵੰਤ ਮਾਨ ਨੇ ਮੁਲਾਕਾਤ ਕਰ ਲਈ ਸੀ ਅਮਿਤ ਸ਼ਾਹ ਨਾਲ ਮੈਂ ਤਾਂ ਉਦੀ ਕਹਿਤਾ ਸੀ ਮੈਂ ਤੇ ਮਾਹੀ ਇੰਜ ਜੁੜ ਗਏ ਜਿਵੇਂ ਟਿਚ ਬਟਨਾਂ ਦੀ ਜੋੜੀ ਪੰਜਾਬ ਸਰਕਾਰ ਦਿੱਲੀ ਦਾ ਧਾੜ ਵੀ ਗੈਂਗ ਚਲਾ ਰਿਹਾ ਪੰਜਾਬ ਪੁਲਿਸ ਐਨਆਈਏ ਦੀ ਨਿਗਰਾਨੀ ਚ ਚੱਲ ਰਹੀ ਹੈ ਅਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਆਈਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹਿਣਾਂਗੀਆਂ ਪੱਤਰਕਾਰਾਂ ਨੂੰ ਕਹਿੰਦੇ ਆ ਅਲੱਗ ਇੱਕ ਦੁਬਦਾ ਪਾਤੀ ਪੱਤਰਕਾਰ ਵੀ ਕਹਿੰਦੇ ਚਿੰਤਾ ਦੇ ਵਿੱਚ ਹਾਲਾਂਕਿ ਚਿੰਤਾ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਰ ਦੂਸਰੇ ਪਾਸੇ ਜੇ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਆ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਰਾਹਾਂ ਤੋਂ ਭਟਕ ਗਏ ਵਿਸ਼ਾ ਕੁਝ ਹੋਰ ਹੋਣਾ ਚਾਹੀਦਾ ਸੀ ਪਰ ਅਸੀਂ ਵਿਸ਼ੇ ਕੁਝ ਹੋਰ ਫੜ ਲਏ ਨੇ ਤੇ ਜੇ ਅਸੀਂ ਸਰਕਾਰੀ ਪੱਖ ਦੇਖਦੇ ਆਂ ਸਰਕਾਰ ਦਾ ਪੱਖ ਦੇਖਦੇ ਆਂ ਉੱਥੇ ਵੀ ਕੋਈ ਠੰਡੀਆਂ ਹਵਾਵਾਂ ਦੇ ਬੁੱਲੇ ਨਹੀਂ ਆ ਰਹੇ ਇੱਕ ਪਾਸੇ ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜੇਲ੍ਹ ਦੇ ਅੰਦਰੋਂ ਆ ਰਿਹਾ ਹੈਗਾ ਕੋਈ ਕਹਿ ਰਿਹਾ ਹੈਗਾ ਵੀ ਉਹ ਜੇਲ੍ਹ ਤੋਂ ਨਹੀਂ ਹੋਇਆ ਕੋਈ ਕਹਿ ਰਿਹਾ ਜੇਲ੍ਹ ਤੋਂ ਹੋਇਆਗਾ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਮਾਲਵਿੰਦਰ ਸਿੰਘ ਮਾਲੀ ਮਾਲੀ ਸਾਹਿਬ ਸਵਾਗਤ ਹੈ ਸਤਿਕਾਰ ਸਤਿਕਾਰ ਰਤਨ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਆਹੀ ਆ ਵੀ ਮਾਲਵਿੰਦਰ ਸਿੰਘ ਮਾਲੀ ਬਾਰੇ ਅਕਸਰ ਇਹ ਕਿਹਾ ਜਾਂਦਾ ਵੀ ਮਾਲਵਿੰਦਰ ਸਿੰਘ ਮਾਲੀ ਵਿਵਾਦਾਂ ਦੇ ਵਿੱਚ ਬਹੁਤ ਰਹਿੰਦੇ ਆ ਉਹਨਾਂ ਨੂੰ ਸਵਾਦ ਆਉਂਦਾ ਵਿਵਾਦਾਂ ਦੇ ਵਿੱਚ ਰਹਿਣ ਦਾ ਸਿੱਖ ਨੌਜਵਾਨਾਂ ਨੂੰ ਤੁਸੀਂ ਟਾਰਗੇਟ ਕਰਦੇ ਹੋ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਵਾਲਾ ਇਹ ਜੋਗਾ ਜਿਹਦਾ ਥੱਲੇ ਧੜਾ ਧੜਾ ਠਾ 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 ਕਮੈਂਟ ਆਉ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਚੁੱਪ ਕਿਉਂ ਨਹੀਂ ਕਰਦੇ ਜਾਂ ਇੱਕ ਦੋ ਬੰਦੇ ਹੋਰ ਆ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਚੁੱਪ ਕਿਉਂ ਨਹੀਂ ਕਰਦੇ ਕੀ ਚੱਕਰ ਆ ਅਸਲ 'ਚ ਰਤਨ ਜੀ ਨਾ ਵੀ ਮੌਜੂਦਾ ਹਾਲਤ ਦਾ ਜੈਜਾ ਕੀ ਆ ਹੂੰ ਇਹਦੇ ਬਾਰੇ ਬਹੁਤ ਵੱਡੇ ਮਤਭੇਦ ਨੇ ਲੋਕਾਂ 'ਚ ਜੀ ਆਮ ਤੌਰ ਤੇ ਹਰ ਇੱਕ ਨੂੰ ਇਹੀ ਲੱਗਦਾ ਵੀ ਜਿਹੜੀ ਮੇਰੀ ਗੱਲ ਆ ਮੇਰੀ ਸੋਚ ਆ ਇਹੀ ਜੀਟੀ ਰੋਡ ਆ ਹਾਂ ਇਹੀ ਮੁਕਤੀ ਦਾ ਰਾਹ ਇਹ ਤੇ ਚੱਲ ਕੇ ਸਮੱਸਿਆਵਾਂ ਦਾ ਹੱਲ ਹੋਣਗੀਆਂ ਜੀ ਜਦੋਂ ਕਿ ਹਕੀਕਤ ਹੈ ਨਹੀਂ ਵਿਚਾਰਧਾਰਕ ਤੇ ਸਿਆਸੀ ਤੌਰ ਤੇ ਬਹੁਤ ਵੱਡਾ ਗੰਧਲਾਪ ਆ ਪਿਆ ਹੋਇਆ। ਹੂੰ। ਇਹੀ ਦੀ ਹਾਲਤ ਨੂੰ ਨਾ ਕਾਮਰੇਡਾਂ ਦੇ ਇੱਕ ਬਹੁਤ ਵੱਡਾ ਆਗੂ ਹੋਇਆ ਲੈਨਨ। ਹੂੰ। ਉਹਨੇ ਕਿਹਾ ਸੀ ਜਦੋਂ ਵਿਚਾਰਕ ਧੁੰਦਲ ਕਾ ਛਾਜੇ। ਹੂੰ। ਤਾਂ ਜਿਹੜਾ ਜਮਾਤੀ ਘੋਲ ਆ ਉਹ ਵਿਚਾਰਾਂ ਦੇ ਖੇਤਰ ਚ ਆ ਕੇ ਕੇਂਦਰਿਤ ਹੋ ਜਾਂਦਾ। ਜੀ। ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਿਨਾ ਅਮਲ ਹਨੇਰੇ 'ਚ ਟੱਕਰਾਂ ਮਾਰਨਾ ਹੁੰਦਾ। ਹੂੰ। ਹੁਣ ਅਸੀਂ ਦੇਖਿਆ ਜੀ 40 ਸਾਲ ਹੋ ਗਏ। ਹੂੰ। ਪਹਿਲਾਂ ਅਸੀਂ ਇਨਕਲਾਬ ਕਰਨ ਤੁਰੇ। ਹੂੰ। ਫੇਰ ਅਸੀਂ ਮਨੁੱਖੀ ਹੱਕਾਂ ਦੇ ਲਈ ਤੁਰੇ। ਫਿਰ ਅਸੀਂ ਸਰਕਾਰੀ ਨੌਕਰੀਆਂ ਕੀਤੀਆਂ ਰਿਟਾਇਰ ਹੋਣ ਤੋਂ ਬਾਅਦ ਫਿਰ ਅਸੀਂ ਸੋਸ਼ਲ ਮੀਡੀਆ ਤੇ ਵਿਚਾਰ ਕੇ ਇਸ ਗੱਲ 'ਚ ਹੋਏ ਹੋਇਆ ਸਾਨੂੰ ਪਤਾ ਵੀ ਪਟਕਾ ਬਹੁਤ ਵੱਡਾ ਹਮ ਬਾਬੇ ਗੁਰਨਾਨਕ ਦੇ ਫਲਸਫੇ ਤੋਂ ਸਿੱਖਾਂ ਦਾ ਬਹੁਤ ਵੱਡਾ ਪਟਕਾ ਮਾਰਕਸਵਾਦ ਦੇ ਫਲਸਫੇ ਤੋਂ ਕਯੂਮਨਿਸਟਾਂ ਦਾ ਬਹੁਤ ਵੱਡਾ ਪਟਕਾ ਮੈਂ ਨਹੀਂ ਕਹਦਾ ਮੇਰੀ ਗੱਲ ਜ਼ਰੂਰੀ ਸੱਚ ਹੋਵੇ ਮੈਂ ਕਯੂਮਨਿਸਟਾਂ ਦੇ ਵਿੱਚ ਵੀ ਜੀਣ ਜਾਣ ਲਾ ਕੇ ਕੰਮ ਕੀਤਾ ਇੱਕ ਸਟੇ ਤੇ ਆ ਕੇ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਸਾਡੀ ਲੀ ਗਲਤ ਆ ਅਸੀਂ ਜਿਹੜਾ ਭਾਰਤ ਕੌਮਾਂ ਦਾ ਜੇਲ੍ਹਖਾਨਾ ਅਸੀਂ ਇਹਨੂੰ ਨਹੀਂ ਸਮਝ ਰਹੇ ਅਸੀਂ ਇਹ ਨਹੀਂ ਸਮਝ ਰਹੇ ਵੀ ਜਿਹੜੇ ਭਾਰਤੀ ਕੌਮ ਉਸਾਰ ਰਹੇ ਨੇ ਹਿੰਦੂਵਾਦ ਨੂੰ ਉਭਾਰ ਕੇ ਚ ਘਟਗਣਤੀਆਂ ਦਾ ਬਹੁਤ ਵੱਡਾ ਮਸਲਾ ਹਮ ਸਿੱਖ ਤੇ ਮੁਸਲਮਾਨ ਵਿਚਾਰੇ ਐ ਮਿਟਾ ਨਾ ਥੋੜੋ ਮਾਰਦੇ ਆ ਦੂਜਾ ਇਹ ਹੈ ਵੀ ਜਿਹੜਾ ਤੁਸੀਂ ਸੰਵਿਧਾਨ ਦੇ ਵਿੱਚ ਲਿਖਿਆ ਸੀ ਇੰਡੀਆ ਇਜੇ ਯੂਨੀਅਨ ਆਫ ਸਟੇਟਸ ਭਾਰਤ ਰਾਜਾਂ ਦਾ ਸੰਘਾ ਉਦੋਂ ਸਰਕਾਰ ਨੂੰ ਯੂਨੀਅਨ ਗਵਰਨਮੈਂਟ ਆਫ ਇੰਡੀਆ ਕਹਿੰਦੇ ਸੀ ਜੀ ਹੌਲੀ ਹੌਲੀ ਕੇਂਦਰ ਸਰਕਾਰ ਕਹਿਣ ਲੱਗ ਗਏ ਹਮ ਇਹਦੇ ਵਿੱਚ ਜਿਹੜਾ ਰਾਜਾਂ ਨੂੰ ਹੱਕਾਂ ਦੀ ਗੱਲ ਆ ਸੈਟਲਿਜ਼ਮ ਦੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਕਾਮਰੇਡਾਂ ਨੇ ਤਿੰਨਾ ਮਸਲਿਆਂ ਨੂੰ ਲੋੜੀਂਦੀ ਮਹੱਤਤਾ ਨਹੀਂ ਦਿੱਤੀ ਇਹਦਾ ਅਧਿਐਨ ਨਹੀਂ ਕੀਤਾ ਦੂਜੇ ਪਾਸੇ ਸਿੱਖਾਂ ਵਾਲੇ ਪਾਸੇ ਜਦੋਂ ਅਸੀਂ ਦੇਖਦੇ ਆ ਤਾਂ 19 ਪਹਿਲਾਂ ਜੋ ਮੇਰੀ ਅਕਲ ਯਾਦਦਾਸ਼ਤ ਆ ਖਾਲਸਾ ਪੰਥ ਸੀ ਮਾਰਿਆ ਸਿੱਕਾ ਜਾਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਬਹੁਤ ਵੱਡਾ ਘੇਰਾ ਸੀ ਜੀ ਇਸ ਪੰਥ ਦਾ ਇਹਦੀ ਆਪਣੀ ਇੱਕ ਸੋਚ ਸੀ ਇੱਕ ਬਖਰੇ ਮਾ ਸੀ ਵੱਖਰੀ ਪਛਾਣ ਸੀ ਜਿਹੜਾ ਰਾਜ ਸੀ ਉਹ ਖਾਲਸੇ ਦਾ ਉੱਥੇ ਸਿਰਾਂ ਦੀ ਬਹੁ ਗਣਤੀ ਦਾ ਕੋਈ ਤਲਕ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਨੂੰ ਅਸੀਂ ਕਹਿੰਦੇ ਆ ਜੀ ਜਿਹਦੇ 11 13% ਸਿੱਖ 18 19% ਆਪਣਾ Hindu ਤੇ ਬਾਕੀ 55 60% ਮੁਸਲਮਾਨ ਤੇ ਦੁਨੀਆਂ ਦੇ ਪੰਜ ਉਹਨਾਂ ਬੇਲਿਆਂ ਦਾ ਜਦੋਂ ਰਾਜਿਆਂ ਦੇ ਰਾਜ ਹੁੰਦੇ ਸੀ ਉਹੀ ਦੇਸ਼ ਹੁੰਦੇ ਸੀ ਹਿੰਦੁਸਤਾਨ ਤਾਂ ਕਦੇ ਦੇਸ਼ ਨਹੀਂ ਰਹਾ ਨਾ ਭਾਰਤ ਕਦੇ ਦੇਸ਼ ਰਹਾ ਇਹ ਤਾਂ ਇਲਾਕਾ ਸੀ ਇੱਕ ਜੋ ਬਾਬਾ ਗੁਰਨਾਨਕ ਸਾਹਿਬ ਨੇ ਕਿਹਾ ਨਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਰਾਇਆ ਉਹ ਸਿੰਧ ਤੋਂ ਇਧਰਲੇ ਇਲਾਕੇ ਦਾ ਮਤਲਬ ਸੀ ਕਿੰਨੇ ਦੇਸ਼ ਸੀ ਉਦੋਂ ਇੱਥੇ ਇਹ ਇਹ ਵੱਖਰੀ ਗੱਲ ਆ ਵੀ ਇਹਨਾਂ ਨੇ ਇੰਡੀਆ ਕਿਹਾ ਜਿਹੜਾ ਮੈਂ ਤੁਹਾਨੂੰ ਕਿਹਾ ਯੂਨੀਅਨ ਆਫ ਸਟੇਟਸ ਹੁਣ ਇਹਨੂੰ ਭਾਰਤ ਬਣਾਉਣ ਲੱਗੇ ਪਹਿਲਾਂ ਕਹਿੰਦੇ ਫੁੱਲਾਂ ਦਾ ਗੁਲਦਸਤਾ ਹੁਣ ਕਹਿੰਦੇ ਇਹਨੂੰ ਭਗਵੀ ਚਟਣੀ ਬਣਾਉਣਾ ਇਹ ਟਕਰਾਅ ਨੇ ਜਿਹੜੇ ਨਾ ਇਹਨਾਂ ਨੂੰ ਸਮਝ ਨਹੀਂ ਰਹੇ ਨਾ ਤਾਂ ਸਿੱਖ ਸਮਝ ਰਹੇ ਨਾ ਇਹ ਉਹ ਟਕਰਾਅ ਸੀ ਜਿਹੜਾ ਵੀ ਦੋ ਕੌਮਾਂ ਦੇ ਆਧਾਰ ਤੇ ਦੋ ਦੇਸ਼ ਬਣਨਗੇ ਤੇ ਇਹਨਾਂ ਨੂੰ ਚਾਹੀਦਾ ਤੇ ਇਹ ਸੀ ਇਹ ਦੇਸ਼ ਪੰਜਾਬ ਮੰਗਦੇ ਹੂੰ ਉਦੋਂ ਹੁਣ ਵੀ ਇਹ ਤੱਥ ਹੁੰਦੇ ਨੇ ਵੀ ਸਮਝੌਤਾ ਹੋਇਆ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਬਾਲਗ ਹੋ ਜਊ ਉਹਨੂੰ ਰਾਜ ਸੌਂਪ ਦਿੱਤਾ ਜਾਊ ਜਿਵੇਂ ਬਹੁਤ ਸਾਰੇ ਰਾਜਾਂ ਨੂੰ ਇਹਨਾਂ ਨੇ ਰਾਜ ਬਣਾਇਆ ਹੋਇਆ ਸੀ ਅਧੀਨ ਇਹਨਾਂ ਦੇ ਸੀ ਰਾਜੇ ਰਾਜ ਕਰਦੇ ਸੀ ਪਟਿਆਲਾ ਸੀ ਕਪੂਰਥਲਾ ਸੀ ਜੀਨ ਸੀ ਲਾਭਾ ਸੀ ਇਹ ਸਾਰੇ ਸੀ ਇਸ ਤਰ੍ਹਾਂ ਚੱਲਦਾ ਸੀ ਕੰਮ ਪਰ ਉਦੋਂ ਬਾਅਦ ਉਸ ਰਿਐਕਸ਼ਨ ਦੇ ਵਿੱਚ ਆ ਕੇ ਸਿੱਖ ਇਹ ਕਹਿਣ ਲੱਗੇ ਵੀ ਸਾਡਾ ਹਿੱਸਾ ਸਾਡਾ ਹਿੱਸਾ ਦਾ ਪੰਜਾਬ ਸੀ ਜੇ ਉਹ ਪੰਜਾਬ ਦੇਸ਼ ਬਣਦਾ ਉਹਦੇ ਨਾਲ ਆ ਰਿਆਸਤਾਂ ਵੀ ਲੜਦੀਆਂ ਤੇ ਦੇਸ਼ੇ ਬਹੁਤ ਵੱਡਾ ਬਣਨਾ ਸੀ ਉਸ ਰਿਐਕਸ਼ਨ ਤੋਂ ਇਹ ਗੁਰਦੁਆਰੇ ਵਾਲੀ ਸਿਆਸਤ ਦੀ ਫੋਕਸ ਹੁੰਦੇ ਰਹੇ ਤੇ ਗਾਂਧੀ ਨੇ ਕਹਿੰਦਾ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਨਨਕਾਣਾ ਸਾਹਿਬ ਦਾ ਜਿੱਤਿਆ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਦੇਸ਼ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਲੜਨ ਦੀ ਥਾਂ ਸਿੱਖਾਂ ਨੇ ਗਲਤ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦੀ ਲੜਾਈ ਪਾਤੀ ਹੁਣ ਕਹੀ ਜਾਂਦੇ ਆਸੀਂ ਅਸੀਂ ਜੀ ਭਾਰਤ ਖਾਤਰਾ ਆਪਣਾ ਦੇਸ਼ਵੰਡਤਾ ਸਾਡੇ ਗੁਰੂ ਘਰ ਉਧਰ ਰਹਿ ਗਏ 80% ਜਾਇਦਾਦਾਂ ਸਾਡੀਆਂ ਉਧਰ ਰਹਿ ਗਈਆਂ ਅਸੀਂ ਮੁਲਕ ਦੀ ਰਾਖੀ ਕੀਤੀ ਜੀ ਅਸੀਂ ਢਿੱਡ ਭਰਿਆ ਜੀ ਅਸੀਂ ਐ ਕੀਤਾ ਜੀ ਤੇ ਵਾਦਾ ਉਦੋਂ ਸਾਡੇ ਨਾਲ ਇਹ ਕੀਤਾ ਸੀ ਨਾ ਵੀ ਉੱਤਰ ਦੇ ਵਿੱਚ ਇੱਕ ਇਹੋ ਜਿਹਾ ਖਿੱਤਾ ਹੋ ਜਿੱਥੇ ਤੁਸੀਂ ਆਜ਼ਾਦੀ ਦਾ ਨੰਗ ਮਾਣੋਗੇ ਜੀ ਦਾ ਮਤਲਬ ਇਹ ਸੀ ਵੀ ਜਿਹੜਾ ਫੈਡਰਲਿਜ਼ਮ ਦੀ ਗੱਲ ਕਰਦੇ ਆ ਉਹਦੇ ਕੁਝ ਅਧਿਕਾਰ ਦਿੱਤੇ ਜਾਣਗੇ ਪਰ ਬਾਲੀ ਸਾਹਿਬ ਇੱਥੇ ਗੱਲ ਇਹ ਮੈਂ ਮਾਫੀ ਚਾਹੂੰਗਾ ਰੋਕ ਰਿਹਾ ਤੁਹਾਨੂੰ ਪਰ ਗੱਲ ਇਹ ਆਉਂਦੀ ਆ ਵੀ ਜਦੋਂ ਕਮੈਂਟਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਵੀ ਹਲਕੀ ਗੱਲ ਤੇ ਨਾ ਗੱਲ ਕਰਨੀ ਨਹੀਂ ਚਾਹੀਦੀ ਪਰ ਹਲਕੀ ਗੱਲ ਵੀ ਤਾਂ ਹੀ ਹੁੰਦੀ ਆ ਜੇ ਉਹਦੇ ਵਿੱਚ ਥੋੜਾ ਬਹੁਤ ਵਜ਼ਨ ਹੁੰਦਾ ਤਾਂ ਹੀ ਉਹ ਹਲਕੀ ਕਹੀ ਜਾਂਦੀ ਆ ਵੀ ਉੱਥੇ ਜਦੋਂ ਗੱਲ ਆ ਜਾਂਦੀ ਆ ਤੁਹਾਨੂੰ ਲੈ ਕੇ ਕਹਿ ਜਾਂਦੇ ਵੀ ਇਹ ਸਿੱਖ ਮੁੰਡਿਆਂ ਦੇ ਖਿਲਾਫ ਬੋਲਦਾ ਜਾਂ ਸਿੱਖਾਂ ਦੇ ਜਿਹੜਾ ਅੱਜ ਕੱਲ ਨੈਰੇਟਿਵ ਚੱਲ ਰਿਹਾ ਉਹਦੇ ਖਿਲਾਫ ਬੋਲਦਾ ਤੁਸੀਂ ਸਿੱਖਾਂ ਦੇ ਖਿਲਾਫ ਹੋ ਨੇ ਉਹਦਾ ਮੈਂ ਜਵਾਬ ਚਾਹਣਾਗਾ ਵੀ ਜਿਹੜੇ ਉਹ ਕਮੈਂਟ ਆਉਂਦੇ ਵੀ ਉਹਦਾ ਚਾਹੇ ਉਹ ਹਲਕੀਆਂ ਗੱਲਾਂ ਆਂ ਪਰ ਉਹ ਹਲਕੀਆਂ ਵੀ ਮੈਂ ਤਾਂ ਹੀ ਕਿਹਾ ਵੀ ਹਲਕੀਆਂ ਦੇ ਵਜਨ ਹੈਗਾ ਤਾਂ ਹੀ ਉਹਨਾਂ ਨੂੰ ਹਲਕੀਆਂ ਕਿਹਾ ਜਾਂਦਾ ਹੈਗਾ ਵੀ ਤੁਸੀਂ ਕੀ ਉਹਨਾਂ ਦੇ ਖਿਲਾਫ ਹੋ ਜਦੋਂ ਤੁਸੀਂ ਬਹੁਤ ਸਾਰੇ ਬੰਦਿਆਂ ਦੇ ਖਿਲਾਫ ਬੋਲਦੇ ਹੋ ਤਾਂ ਫਿਰ ਕਹਿ ਦਿੰਦੇ ਆ ਯਾਰ ਪਤਾ ਨਹੀਂ ਇਹ ਕਿੱਥੋਂ ਆ ਗਏ ਫਿਰ ਤੁਹਾਨੂੰ ਕੌਮਰੇਡ ਵੀ ਕਿਹਾ ਜਾਂਦਾ ਹੈਗਾ ਹੋਰ ਵੀ ਬਹੁਤ ਕੁਝ ਵੀ ਉਹਦਾ ਸੌਖੀ ਦੀ ਗੱਲ ਆ ਵੀ ਉਹਦਾ ਜਵਾਬ ਕੀ ਆ ਨਹੀਂ ਦੇਖੋ ਜਿਹੜਾ ਗੱਲਾਂ ਬੋਲ ਰਹੇ ਨੇ ਹਾਂ ਐ ਨਹੀਂ ਉਹ ਸਾਰਾ ਕੁਝ ਝੂਠ ਆ ਜੀ ਉਹ ਅੰਸ਼ਕ ਸੱਚ ਆ ਹੂੰ ਦੋ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਜਾਣਕਾਰੀ ਕੱਢ ਹੋਰ ਚੀਜ਼ ਹੁੰਦੀ ਆ ਅਕਲ ਹੋਰ ਚੀਜ਼ ਹੁੰਦੀ ਆ ਇਨਫੋਰਮੇਸ਼ਨ ਐਂਡ ਨੌਲੇਜ ਆਰ ਨਾਟ ਦਾ ਸੇਮ ਥਿੰਗ ਜੀ ਇਨਫੋਰਮੇਸ਼ਨ ਇਕੱਠੀ ਕਰਨੀ ਆ ਮੌਜੂਦਾ ਦੌਰ ਚੋ ਇਤਿਹਾਸ ਦੇ ਦੌਰ ਦੇ ਵਿੱਚੋਂ ਉਹਦਾ ਨਿਚੋੜ ਕੱਢ ਕੇ ਉਹਦੇ ਉਹਦੇ ਕਹਿਣ ਦਾ ਪ੍ਰਸੰਗ ਕੀ ਸੀ ਕੀ ਅਰਥ ਬਣਦਾ ਸੀ ਅੱਜ ਕੀ ਬਣਦਾ ਉਹਨੂੰ ਅਕਲ ਕਹਿੰਦੇ ਨੇ ਮੈਂ ਮੈਨੂੰ ਜੋ ਮੈਂ ਕਹਿ ਰਿਹਾ ਸਾਡੀ ਨਵੀਂ ਪੀੜ੍ਹੀ ਕੋਲੇ ਜਾਣਕਾਰੀ ਬਹੁਤ ਆ ਅਕਲ ਹੈ ਨਹੀਂ ਪ੍ਰਸੰਗ ਕਿਹੜੀ ਗੱਲ ਚ ਕੀ ਗੱਲ ਕਹੀ ਆ ਉਹਦੇ ਬਾਰੇ ਪਤਾ ਹੀ ਨਹੀਂ ਤੁਸੀਂ ਮੇਰੀ ਗੱਲ ਸੁਣੋ ਸੰਵਾਦ ਆ ਜਿਹੜਾ ਉਹ ਸਿੱਖੀ ਦਾ ਮੂਲ ਸਿਧਾਂਤ ਆ ਕਿਉਂਕਿ ਅਸੀਂ ੱੱਕੇ ਨਾਲ ਤਾਂ ਧਰਮ ਬਦਲਾਉਣੀ ਨਹੀਂ ਕਿਸੇ ਦਾ ਬਾਬੇ ਨਾਨਕ ਨੇ ਵੀ ਸੰਵਾਦ ਚਲਾਇਆ ਜਦੋਂ ਤੱਕ ਸੰਵਾਦ ਚੱਲਦਾ ਉਦੋਂ ਤੱਕ ਇਹ ਧਰਮ ਨੇ ਅੱਗੇ ਵਧਣੀ ਵਧਣਾ ਜਦੋਂ ਸੰਵਾਦ ਠੱਪ ਹੋ ਉਦੋਂ ਬੰਦ ਹੋ ਜਾਂਦਾ ਸਿੱਖੀ 'ਚ ਸੰਵਾਦ ਬੰਦ ਕੀਤਾ ਹੋਇਆ ਸਭ ਤੋਂ ਵੱਡੀ ਗੱਲ ਜਿਹੜੀ ਆ ਸੰਵਾਦ ਇਹ ਜਿਹੜੇ ਠੱਪੇ ਨੇ ਨਾ ਲੱਤਾਂ ਨਾ ਖਿੱਚੋ ਲੱਤਾਂ ਨੇ ਫਿਰ ਬਾਬੇ ਗੁਰੂ ਨਾਨਕ ਦੇ ਸਭ ਤੋਂ ਵੱਧ ਖਿੱਚੀਆਂ ਕੱਲੇ-ਕੱਲੇ ਨੂੰ ਰਾਜਿਆਂ ਨੂੰ ਹੋਰਾਂ ਨੂੰ ਮਲਕ ਭਾਗੋ ਨੂੰ ਸਭ ਨੂੰ ਕਿਹਾ ਤੁਸੀਂ ਕੀ ਕਰਦੇ ਹੋ ਜਿਹੜੇ ਕਹਿੰਦੇ ਜੰਤਰਾ ਮੰਤਰਾਂ ਚੋਂ ਤੀਰਥਨਾਤੇ ਮੁਕਤੀ ਹੋ ਸਭ ਦੀ ਲੋਚਨਾ ਕੀਤੀ ਹੈ ਸਮਾਦ ਨੂੰ ਲੋਤਨਾ ਨੂੰ ਲੱਤਾਂ ਖੇਚਣ ਨੂੰ ਕਹਿੰਦਾ ਇਹ ਜਿਹੜੇ ਲਕਵ ਵਰਤੇ ਜਾ ਰਹੇ ਨੇ ਨਾ ਜੀ ਇਹ ਸਮਾਦ ਨੂੰ ਬੰਦ ਕਰਾਉਣ ਵਾਲੇ ਨੇ ਇਸ ਕਰਕੇ ਜਿਹੜੇ ਮੇਰੀ ਅਲੋਚ ਹੁਣ ਮੈਨੂੰ ਬਹੁਤ ਸਾਰੇ ਦੋਸਤ ਕਹਿੰਦੇ ਨੇ ਵੀ ਮਾਲੀ ਸਾਹਿਬ ਤੁਹਾਡਾ ਕੱਦ ਵੱਡਾ ਤੁਸੀਂ ਕਮੈਂਟਾਂ ਚ ਨਾ ਲੰਘਿਆ ਕਰੋ ਮੈਂ ਕਹਿੰਦੀ ਜੇ ਕਮੈਂਟਾਂ ਚ ਬਹਿਸ ਨਹੀਂ ਚਲਾਵਾਂਗੇ ਗੱਲ ਨਿੱਤਰੂ ਕਿਵੇਂ ਹੂੰ ਮੇਰੇ ਖਿਲਾਫ ਮੰਨ ਲਓ ਦੋ ਕਮੈਂਟ ਕਿਸੇ ਨੇ ਗਲਤ ਕਰਤੇ ਹਾਂ ਮੈਂ ਉੱਥੇ ਬੋਲਾਂ ਨਾ ਹੂੰ ਉੱਥੇ ਬੰਦ ਹੋ ਜੂ ਗੱਲ ਪਰ ਤੁਸੀਂ ਆਪ ਵੀ ਕਈ ਵਾਰੀ ਪੰਗਾ ਲੈ ਲੈਂਦੇ ਹੋ ਹਾਂ ਮੈਂ ਕੋਈ ਸਾਡੀਆਂ ਫੋਟੋਆਂ ਥੱਲੇ ਵੀ ਕਈ ਵਾਰੀ ਕਮੈਂਟ ਕੀਤਾ ਮੈਨੂੰ ਯਾਦ ਆ ਗਈ ਗੱਲ ਨਹੀਂ ਮੈਂ ਇਕੱਲਾ ਇਹ ਨਹੀਂ ਜਿੱਥੇ ਕਮੈਂਟ ਹੁੰਦੇ ਨੇ ਮਤਲਬ ਕਿਤੇ ਬਹਿਸ ਚੱਲ ਰਹੀ ਆ ਮੈਨੂੰ ਲੱਗਦਾ ਵੀ ਇਹ ਬਹਿਸ ਗਲਤ ਚੱਲ ਰਹੀ ਆ ਐ ਨਹੀਂ ਐ ਹੋਣਾ ਚਾਹੀਦਾ ਮੈਂ ਉੱਥੇ ਇੰਟਰਫੇਅਰ ਕਰਦਾ ਪਰ ਮੇਰਾ ਬਹਿਸ ਕਰਨਾ ਮਤਲਬ ਸੰਵਾਦ ਇਹ ਚਲਾਉਣਾ ਗੱਲ ਨੂੰ ਸਹੀ ਰਾਹ ਮੇਰੇ ਨਾਲ ਸਹਿਮਤੀ ਹੈ ਸਹਿਮਤੀ ਹੋ ਸਕਦਾ ਜੇ ਮੈਂ ਇੰਨਿਆਂ ਨਾਲ ਸਹਿਮਤਾਂ ਜੀ ਮੇਰੇ ਨਾਲ ਕਿਉਂ ਸਾਰੇ ਸਹਿਮਤ ਹੋਣ ਤੁਹਾਨੂੰ ਲੱਗਦਾ ਵੀ ਕਈ ਵਾਰੀ ਇੱਕ ਗੱਲ ਇਹ ਆਉਂਦੀ ਹੈ ਜਦੋਂ ਅਸੀਂ ਬਹਿਨੇ ਆ ਡਿਸਕਸ਼ਨ ਦੇ ਵਿੱਚ ਜਦੋਂ ਤੁਹਾਡਾ ਜ਼ਿਕਰ ਹੁੰਦਾ ਇਹ ਹੁੰਦਾਗਾ ਵੀ ਮਾਲੀ ਸਾਹਿਬ ਦੀ ਉਮਰ ਬਹੁਤ ਜ਼ਿਆਦਾ ਹੈਗੀ ਪਰ ਉਹ ਕਿਤੇ ਨਾ ਕਿਤੇ ਭਾਸ਼ਾ ਦੀ ਜਿਹੜੀ ਮਰਿਆਦਾ ਉਹ ਭੁੱਲ ਜਾਂਦੇ ਆ ਉੱਥੇ ਉਹਦਾ ਕੀ ਜਵਾਬ ਦਵਾਂਗੇ ਨਹੀਂ ਉਹਦਾ ਕਾਰਨ ਇਹ ਹੈ ਵੀ ਜੰਗ ਤੇ ਅਮਨ ਦੀ ਭਾਸ਼ਾ ਇੱਕ ਨਹੀਂ ਹੁੰਦੀ ਹੂੰ ਇਹ ਵਿਚਾਰਕ ਜੰਗ ਆ ਇਹ ਕੋਈ ਸਕੂਲਾਂ ਚ ਬੱਚਿਆਂ ਨੂੰ ਪੜਾਉਣ ਵਾਲੀ ਗੱਲ ਨਹੀਂ ਹੈ ਹੂੰ ਜੇ ਤਾਂ ਸਿਰਫ ਐਜੂਕੇਟਿਵ ਮਾਹੌਲ ਹੋਵੇ ਅਗਲਾ ਲੇਖ ਲਿਖਦੰਦਾ ਕਰੀ ਜਾਓ ਮੈਂ ਵਿਚਾਰਕ ਜੰਗ ਸਮਝਦਾ ਇਸ ਕਰਕੇ ਇੱਥੇ ਫਰਕ ਪੈਂਦਾ ਹੁਣ ਬਹੁਤ ਬਲਾਰੇ ਨੇ ਡਾਕਟਰ ਪਿਆਰੇ لال ਗਰਗ ਨੇ ਉਹ ਐਜੂਕੇਟਿਵ ਟੋਨ ਚ ਬੋਲਦੇ ਨੇ ਹਮ ਪ੍ਰੋਫੈਸਰ ਮਨਜੀਤ ਸਿੰਘ ਨੇ ਉਹ ਬਹੁਤ ਸਾਰੀਆਂ ਗੱਲਾਂ ਕੱਟ ਕੇ ਉਸ ਤਰ੍ਹਾਂ ਬੋਲਦੇ ਨੇ ਜਦੋਂ ਮੈਂ ਬੋਲਦਾ ਮੈਂ ਸਮੈਸ਼ਰ ਹਾਂ ਮੇਰਾ ਸੁਭਾ ਇੱਕ ਸਹੀ ਵਿਚਾਰ ਨੂੰ ਉਭਾਰਨਾ ਗਲਤ ਕਿਵੇਂ ਆ ਉਹਨੂੰ ਗਲਤ ਸਾਬਤ ਕਰਨਾ ਇਸ ਕਰਕੇ ਲੱਗਦਾ ਵੀ ਇਹ ਅਗਰੇਸਿਵਾ ਇਹਦਾ ਕਾਰਨ ਪਸ਼ੋਕੜ ਵੀ ਹੋ ਸਕਦਾ ਕਿਉਂਕਿ ਵਿਦਿਆਰਥੀ ਉਹਨਾਂ ਵੇਲੇ ਵੀ ਲੜਾਈ ਪੜਾਈ ਹੋ ਰਹੀ ਆ 40 ਸਾਲ ਤੋਂ ਅਸੀਂ ਕਾਮਰੇਡਾਂ ਨਾਲੋਂ ਨਕੇੜੇ ਦੀ ਨਕੇੜੇ ਦੀ ਲਕੀਰ ਕੱਢੀ ਹੋਈ ਆ ਪਗਾਮ ਗਰੁੱਪ ਨੇ ਕਿਸੇ ਕਾਮਰੇਡ ਤੋਂ ਕਹਾ ਦੋ ਵੀ ਮਾਲੀ ਕਾਮਰੇਡ ਇਹ ਤਾਂ ਕਹਿੰਦੇ ਨੇ ਕਾਮਰੇਡ ਆ ਸਾਨੂੰ ਤਾਂ ਸਾਰੀ ਲਾਲ ਖਾਲਸਤਾਨੀ ਕਹਿੰਦੇ ਸੀ ਜਦੋਂ ਅਸੀਂ ਖਾੜਕੂ ਦੌਰ ਚ ਜੰਨਤ ਪੈਗਾਮ ਪੇਪਰ ਕੱਢਿਆ ਉੱਚ ਲਿਖਤਾਂ ਲਿਖੀਆਂ ਨੇ ਉਦੇ ਆਧਾਰ ਤੇ ਮੇਰੇ ਤੇ ਐਨਐਸਏ ਲੱਗਿਆ ਅਸੀਂ ਸੈਂਕੜੇ ਪੁਲਿਸ ਮੁਕਾਬਲਿਆਂ ਦੀ ਜਾਂਚ ਕੀਤੀ ਜਸਟਿਸ ਮੈਂਸ ਦੀ ਗਵਾਈ ਚ ਪੀਲੀ ਭੀਤ ਤੋਂ ਲੈ ਕੇ ਮਲਾਮ ਸਿੰਘ ਦੀਆਂ ਗਵਾਹਾਂ ਲਈਆਂ ਮੈਂ ਸੂਬੇ ਦਾ ਖੋਜ ਪੜਤਾਲ ਸਕੱਤਰ ਸੀ ਕਿਲੀ ਬੰਦਾਲਾ ਤੱਕ ਜਿਹੜਾ ਪਰਿਵਾਰ ਮਾਰਿਆ ਤੇ ਅੱਧੇ ਦੇ ਸਫੇ ਦੇ ਉਹ ਲੱਗਦੇ ਰਹੇ ਸੀ ਵਾਈਟ ਪੇਪਰ ਅਸੀਂ ਕੱਢਿਆ ਅਸੀਂ ਤਾਂ ਸਿੱਖਾਂ ਤੇ ਜ਼ੁਲਮ ਦੇ ਖਿਲਾਫ ਲੜੇ ਆ ਤੇ ਇਸੇ ਕਰਕੇ ਮੇਰੇ ਤੇ ਟਾਡਾ ਲੱਗਿਆ ਜੇ ਮੈਂ ਕਾਮਰੇਡ ਸੀ ਪੰਜਾਬ ਚ ਕਿਹਦੇ ਕਾਮਰੇਡ ਤੇ ਐਨਐਸਏ ਲੱਗਿਆ ਜੀ ਕਿਹਦੇ ਟਾਡਾ ਲੱਗਿਆ 124 ਲੱਗਿਆ ਦੇਸ਼ ਧਰੋਹ ਦਾ ਤੇ ਮੈਕਸਿਮਮ ਸਕਿਉਰਿਟੀ ਜੇਲ੍ਹ ਚ ਨਜ਼ਰਬੰਦ ਰੱਖਿਆ ਮੈਨੂੰ ਹੂੰ ਤੇ ਉਹਨਾਂ ਵੇਲੇ ਚ ਜਦੋਂ ਇਹ ਕਹਿੰਦੇ ਨੇ ਕਾਮਰੇਡ ਤੁੱਤੇ ਨੇ ਅਸੀਂ ਕਹਿੰਦੇ ਨੇ ਨਾ ਇਹ ਹਕੂਮਤ ਦੀ ਬੋਲੀ ਬੋਲਦੇ ਨੇ ਸਾਨੂੰ ਤਾਂ ਹਕੂਮਤ ਨੇ ਲੱਡਾ ਕੋਠੀ ਵੀ ਦਿਖਾ ਦਿੱਤੀ ਹੂੰ ਸੋ ਇਹ ਇਸ ਕਰਕੇ ਐਵੇਂ ਇੱਕ ਵਿਚਾਰ ਆ ਹੁਣ ਜਿਹੜਾ ਮੇਰੇ ਬਾਰੇ ਪੋਰਾ ਨਹੀਂ ਜਾਣਦਾ ਮੈਂ ਕਹਿੰਦਾ ਮੈਂ ਇੱਕ ਜ਼ਿੰਦਗੀ ਚ ਲੜਿਆ ਹੂੰ ਵਿਦਿਆਰਥੀ ਆਗੂ ਹੋਣ ਦੇ ਲੜਿਆ ਰੀਗਲ ਸਿਨੇ ਨੂੰ ਯਾਦਗਾਰ ਬਣਾਉਣ ਦੀ ਘੋਲ ਦੀ ਗੱਲ ਤੁਸੀਂ ਲੈ ਲੋ ਕਰਾਇਆ ਘੋਲ ਦੀ ਗੱਲ ਲੈ ਲੋ ਪ੍ਰਿਥੀ ਪਾਲਰ ਨਾਵੇ ਦੇ ਕਤਲ ਦੀ ਗੱਲ ਲੈ ਲੋ ਬੰਦੇ ਸੀ ਛੋਟੇ ਸੀ ਉਸ ਤੋਂ ਬਾਅਦ ਮੈਂ ਸਰਕਾਰ 'ਚ ਹੁੰਦੇ ਹੋ ਲੜਿਆ ਦੋ ਸਿੱਖਿਆ ਮੰਤਰੀ ਨਾਲ ਲੜਾਈ ਪਈ ਮੇਰੀ ਦੋਹੇ ਹਰਾਏ ਮਲੂਕਾ 10 ਮਹੀਨੇ ਮੈਨੂੰ ਗੈਰ ਹਾਜ਼ਰ ਰੱਖਿਆ ਮੈਂ ਜਿੱਥੇ ਸੀ ਮੈਂ ਲੜਦਾ ਰਿਹਾ ਹੁਣ ਜਿਹਨੂੰ ਕੱਖ ਨਹੀਂ ਪਤਾ ਉਹ ਕਹਿੰਦਾ ਉਹ ਬਾਬਾ ਪਹਿਲਾਂ ਤੂੰ ਦਾ ਸੁਣ ਕੀ ਕੀਤਾ ਤੂੰ ਕੌਮ ਲਈ ਲੈ ਦੱਸ ਮਤਲਬ ਤੁਸੀਂ ਮੈਂ ਕਹਿੰਨਾ ਮੇਰਾ ਵਿਰੋਧ ਵੀ ਕਰਨਾ ਤੁਸੀਂ ਉਹ ਮੇਰੇ ਬਾਰੇ ਜਾਣ ਕੇ ਵਿਰੋਧ ਕਰੋ ਪਰ ਉਹ ਕਈ ਵਾਰ ਆਏ ਹੁੰਦਾ ਨਾ ਤੁਸੀਂ ਜੋਰਕਰ ਮਾਰ ਕੇ ਸਾਰਿਆਂ ਨੂੰ ਕਲੀਨ ਬੋਲਡ ਕਰਨਾ ਚਾਹੁੰਦੇ ਹੋ ਪਰ ਤੁਸੀਂ ਬਾਉਂਸਰਾਂ ਨਿਕਲੀ ਜਾਂਦੀਆਂ ਗੀਆਂ ਉਹ ਕਹਿੰਦੇ ਵੀ ਮਾਲੀ ਮੱਥੇ ਪੰਦਾ ਫਿਰਦਾ ਹੈਗਾ ਸਾਰਿਆਂ ਦੇ ਉਹ ਕਹਿੰਦੇ ਕਿ ਉਹ ਠੀਕ ਆ ਇਹ ਚੱਲਣਾ ਮਤਲਬ ਦੇਖੋ ਉਹਨਾਂ ਦਾ ਆਪਣਾ ਥਿਊ ਆ ਮੈਂ ਕਹਿੰਦਾ ਇਸ ਸਮੇਂ ਦੌਰਾਨ ਹਾਂ ਮਤਲਬ ਸੈਂਕੜੇ ਬੰਦੇ ਇਹ ਨੇ ਜਿਹੜੇ ਕਹਿੰਦੇ ਸੀ ਬਾਈ ਜੀ ਅਸੀਂ ਤੁਹਾਨੂੰ ਪਹਿਲਾਂ ਗਲਤ ਸਮਝਦੇ ਸੀ ਕਿਸਾਨ ਘੋਲ ਵੇਲੇ ਕਹਿੰਦੇ ਸੀ ਦੀਪ ਸਿੱਧੂ ਦੇ ਕਿੰਨੇ ਦੋਸਤ ਸੀ ਅੱਜ ਤੁਸੀਂ ਦੇਖ ਲਓ ਅੱਜ ਅੱਜ ਜੋ ਫੋਨ ਤੇ ਟਿੱਪਣੀਆਂ ਆ ਰਹੀਆਂ ਨੇ ਜਿਹੜੇ ਮੇਰੇ ਮਾਗਰ ਪੈਂਦੇ ਹੁੰਦੇ ਸੀ ਉਹ ਕਹਿੰਦੇ ਪੁਲਿਸ ਜ਼ੁਲਮ ਦੇ ਖਿਲਾਫ ਅੱਜ ਮਾਲੀ ਉਹ ਲੜ ਰਿਹਾ ਹਕੂਮਤ ਜਿਹੜਾ ਬਰਤਾਂਤ ਸਿਰਜ ਰਹੀ ਆ ਹੋਰ ਵੀ ਬੋਲ ਰਹੇ ਨੇ ਮੈਂ ਮੈਂ ਬੋਲ ਰਿਹਾ ਹਾਂ ਨਾ ਜੀ ਤੇ ਹੁਣ ਉਹ ਕਹਿੰਦੇ ਤੂੰ ਤਾਂ ਅਮਰਤਪਾਲ ਦੇ ਖਿਲਾਫ ਸੀ ਮੈਂ ਅਮਰਤਪਾਲ ਦੇ ਵਿਚਾਰਾਂ ਦੇ ਖਿਲਾਫ ਹਾਂ ਮੈਂ ਇਸ ਦੇ ਹੱਕ 'ਚ ਨਹੀਂ ਵੀ ਉਹਦੇ ਨਾਲ ਦੇ ਬੰਦਿਆਂ ਨੂੰ ਤੁਸੀਂ ਸੂਈ ਦੇ ਨੱਕੇ 'ਚ ਨਹੀਂ ਲੰਗਾ ਦੋ ਨੌਜਵਾਨਾਂ ਤੇ ਇੰਨੇ ਰਸਤੇ ਲਾ ਕੇ ਤੁਸੀਂ ਇੱਕ ਨਵਾਂ ਕਾਲਾ ਕਾਲਾ ਪਾਣੀ ਬਣਾ ਦੋ ਡਿਬਰੂਗੜ ਇਹਨੂੰ ਮੈਂ ਰੈਤ ਨਹੀਂ ਦੇਵਾਂ ਇਸ ਕਰਕੇ ਉਹ ਵਿਚਾਰਾਂ ਦੀ ਲੜਾਈ ਆ ਪਰ ਮੈਨੂੰ ਇਹ ਪਤਾ ਅਮਰਤਪਾਲ ਇੱਕ ਪੀੜਤ ਤੇਰੇ ਦਾ ਨਮਾਇੰਦਾ ਪਰ ਜਿਹੜੀ ਉਹਦੀ ਹੂਕ ਆ ਜੋ ਗੱਲਾਂ ਕਰਦਾ ਉਹ ਪੀੜ ਨੂੰ ਵਧਾਉਣ ਵਾਲੀ ਆ ਹਰਨ ਕਰਨ ਵਾਲੀ ਨਹੀਂ ਇਥੇ ਫਰਕ ਆ ਇੱਕ ਜਾਵਰ ਤੇਰਾ ਇੱਕ ਪੀੜ ਤੇ ਤੇਰਾ ਅਹੀਂ ਉਸ ਵੇਲੇ ਜਿਹੜੇ ਕਹਿੰਦੇ ਫਿਰਕਾਪ੍ਰਸਤੀ ਸਿੱਖ ਫਿਰਕਾਪ੍ਰਸਤੀ ਵੀ ਮਾੜੀ ਆ ਹਿੰਦੂ ਫਿਰਕਾਪ੍ਰਸਤੀ ਵੀ ਮਾੜੀ ਆ ਇੱਕ ਫਿਰਕਾਪ੍ਰਸਤੀ ਸਟੇਟ ਦੀ ਸਿਆਸਤ ਨੂੰ ਅੱਗੇ ਵਧਾ ਰਹੀ ਆ ਇੱਕ ਫਿਰਕਾਪ੍ਰਸਤੀ ਉਹਦੇ ਜ਼ਬਰ ਦੀ ਪੀੜ 'ਚ ਉੱਠ ਰਹੀ ਆ ਉਹ ਜਿਹਨੂੰ ਸਿੱਖ ਫਿਰਕਾਪ੍ਰਸਤੀ ਕਹਿੰਦੇ ਨੇ ਉਹਨਾਂ ਦੀ ਹੋਂਦ ਦਾ ਸਵਾਲ ਆ ਉਹਨਾਂ ਦੀ ਪਛਾਣ ਦਾ ਸਵਾਲ ਆ ਉਹ ਉੱਥੋਂ ਲੜ ਰਹੇ ਨੇ ਤੁਸੀਂ ਦੋਹਾਂ ਨੂੰ ਇੱਕ ਸਾਰ ਕਿਵੇਂ ਕਹਦੋਂਗੇ ਜੀ ਸਟੇਟ ਨਾਲ ਰਿਸ਼ਤੇ ਨੂੰ ਤੈਅ ਕੀਤੇ ਬਿਨਾ ਜਿਹੜੇ ਹਰ ਚੀਜ਼ ਗਲਤ-ਗਲਤ ਹੁੰਦੀ ਹੈ ਜੀ ਕੋਈ ਐ ਨਹੀਂ ਹੁੰਦੀ ਹਰ ਚੀਜ਼ ਗਲਤ-ਗਲਤ ਹੁੰਦੀ ਹੈ ਹੁਣ ਇਹ ਕਿਉਂ ਮਨਿਸ ਤੈ ਇਹ ਕਹਿੰਦੇ ਨੇ ਵੀ ਸਿੱਖ ਸਾਡੇ ਵਾਂਗੂ ਲੜਨ ਜਦੋਂ ਮੈਂ ਇੱਕ ਵਾਰ ਬੜੀ ਥਾ ਦੇ ਸਵਾਲ ਕੀਤਾ ਮਹਾ ਵੀ ਤੁਸੀਂ ਕਹਿੰਦੇ ਪੰਜਾਬੀ ਬੋਲੀ ਲਈ ਲੜਨਾ ਤੁਸੀਂ ਕਹਿੰਦੇ ਆਇਆ ਲੜਨਾ ਪੂਰਾ ਕਾਮਰੇਡਾਂ ਦਾ ਇੱਕ ਜਿਹੜਾ ਵਰਤਾਂਤ ਆ ਮੈਂ ਇਸ ਕਰਕੇ ਲੜਨਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ 'ਚ ਲਿਖਿਆ ਹੈ ਪੰਜਾਬੀ ਬੋਲੀ 'ਚ ਲਿਖਿਆ ਹੋਇਆ ਹੈ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਉਹਨਾਂ ਨਾਲ ਮੈਂ ਸਹਿਮਤ ਆ ਤੁਸੀਂ ਮੇਰੇ ਨਾਲ ਸਿੰਗ ਫਸਾਉਂਦੇ ਵੀ ਐ ਨਾ ਕਹਿ ਵੀ ਮੈਂ ਇਸ ਕਰਕੇ ਲੜਨਾ ਐ ਕਹੇ ਵਿਗਿਆਨਕ ਤੌਰ ਤੇ ਜਿਵੇਂ ਅਸੀਂ ਕਹਿੰਦੇ ਕੋਈ ਇਧਰੋਂ ਆਉਂਦਾ ਕੋਈ ਇਧਰੋਂ ਆਉਂਦਾ ਕੋਈ ਇਧਰੋਂ ਆਉਂਦਾ ਕਿਸਾਨ ਕੋਲ ਦੀ ਸਫਲਤਾ ਇਸੇ ਚ ਹੋਈ ਆ ਜੇ ਇਕੱਠੇ ਹੋ ਕੇ ਲੜੇ ਸੋ ਇਸੇ ਕਰਕੇ ਸਬਕ ਸਿੱਖਣ ਦੀ ਲੋੜ ਆ ਮੈਂ ਮੈਂ ਕਈ ਗੱਲਾਂ ਮੇਤੋਂ ਗਲਤ ਹੋ ਜਾਂਦੀਆਂ ਮੈਂ ਛੱਡ ਦਿੰਨਾ ਮੈਂ ਕਹਿ ਦਿਆਂ ਨਾ ਮੇਰੀ ਗਲਤ ਇਨਫੋਰਮੇਸ਼ਨ ਆ ਮਨਪ੍ਰੀਤ ਬਾਦਲ ਖਿਲਾਫ ਇਕ ਨੇ ਹੁਣ ਇਨਫੋਰਮੇਸ਼ਨ ਬਹੁਤ ਆਉਂਦੀ ਆ ਹੁਣ ਮੈਨੂੰ ਇੰਨੀ ਇਨਫੋਰਮੇਸ਼ਨ ਆਈ ਵੀ ਜਿਹੜਾ ਖੰਡਾ ਉਹ ਕੇਟੀਵੀ ਚਲਾਉਂਦਾ ਹੂੰ ਫਿਰ ਇਨਫੋਰਮੇਸ਼ਨ ਆਈ ਵੀ ਉਹ ਤਾਂ ਉੱਥੇ ਇੱਕ ਪ੍ਰੋਗਰਾਮ ਕਰਦਾ ਸੀ ਹੂੰ ਫਿਰ ਮੈਂ ਪਰ ਮੈਂ ਇੱਕ ਗੱਲ ਕੀਤੀ ਸ਼ੁਰੂ ਚ ਸ਼ੁਰੂ ਚ ਮੇਰਾ ਮਤਲਬ ਇਹ ਸੀ ਜਿਹੜਾ ਅਮਰਤਪਾਲ ਦੀ ਘਰ ਵਾਲੀ ਨੂੰ ਇਹ ਉਹਨਾਂ ਬੱਬਰਾਂ ਨਾਲ ਜੋੜ ਰਹੇ ਨੇ ਮੈਨੂੰ ਸੀ ਇਹ ਗਲਤ ਆ ਹੂੰ ਉਦੋਂ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਵੀ ਕਿਰਨ ਕੁਲਾਰ ਇੱਕ ਹੋਰ ਬੀਬੀ ਆ ਇਹ ਕਿਰਨਦੀਪ ਕੌਰ ਕਲਾਰ ਏ ਹੋਰ ਬੀਬੀ ਆ ਜਿਹੜਾ ਇਹਨੂੰ ਉਹਦੇ ਨਾਲ ਜੋੜਿਆ ਜਾ ਰਿਹਾ ਗਲਤ ਆ ਹੂੰ ਫਿਰ ਉਹਨਾਂ ਦੀ ਮੇਰੇ ਕੋਲ ਇਨਫੋਰਮੇਸ਼ਨ ਆਈ ਮੈਂ ਕਿਹਾ ਠੀਕ ਆ ਆਪਾਂ ਕਹਿੰਦਾ ਕਿ ਮੇਰਾ ਕੋਈ ਇਹ ਗੱਲ ਥੋੜੋ ਆ ਵੀ ਮੈਂ ਖੰਡੇ ਦਾ ਦੁਸ਼ਮਣ ਆ ਜਾਂ ਹੋਰ ਆ ਠੀਕ ਆ ਬੰਦੇ ਕੰਮ ਕਰਦੇ ਨੇ ਉਹਨਾਂ ਦਾ ਲਿੰਕ ਹੁੰਦੀ ਆ ਫਿਰ ਇਹ ਜੌਰਜੀਆ ਗਿਆ ਜੀ ਉਹਦਾ ਫੇਸਬੁੱਕ ਤੇ ਪਿਆ ਵੀ ਅੱਖਾਂ ਦਾ ਆਪਰੇਸ਼ਨ ਕਰਾਉਣ ਗਿਆ ਫਿਰ ਉਹਨੇ ਸਕਿਉਰਿਟੀ ਆ ਜੀ ਉਹਦੀ ਹੁਣ ਉਹ ਸਕਿਉਰਿਟੀ ਨੂੰ ਲੋਗੋ ਤਾਂ ਲਾਉ ਨਾ ਏਜੰਸੀਆਂ ਵੀ ਕਹਿੰਦੀਆਂ ਨੇ ਉਹਦੀ ਜਾਨ ਨੂੰ ਖਤਰਾ ਉਹ ਵੀ ਕਹਿੰਦਾ ਮੇਰੀ ਜਾਨ ਨੂੰ ਖਤਰਾ ਉਹਦਾ ਜਿਹੜਾ ਸਕਿਉਰਿਟੀ ਕਵਰ ਆ ਉਹਨੇ ਉਹਦੀ ਪਛਾਣ ਰੱਖਣ ਲਈ ਇੱਕ ਲੋਗੋ ਲਾਤਾ ਹਰੋਂ ਉਹ ਕਹਿੰਦੇ ਖਾਲਸਾ ਫੌਜ ਤਿਆਰ ਕਰ ਰਿਹਾ ਸੀ ਜਿਹੜਾ ਕੋਈ ਹਥਿਆਰਮੰਦ ਲੜਾਈ ਲੜੂ ਮੁਲਕ ਦੇ ਨਾਲ ਉਹ ਉਹਨਾਂ ਤੇ ਲੋਗੋ ਲਾ ਕੇ ਰੱਖੋ ਖੜਕੋਂ ਦੇ ਲੋਗੋ ਲਾਏ ਹੁੰਦੇ ਸੀ ਵੀ ਮੈਂ ਸਿੱਖ ਖੜਕੂ ਆ ਟ੍ਰੇਨਿੰਗ ਦਿੰਦਾ ਜੀ ਉਹਨੂੰ ਕਿੰਦਾ ਦਿੰਦਾ ਹੂੰ ਟ੍ਰੇਨਿੰਗ ਜੀ ਜਿਹੜੇ ਮੈਂ ਆਮ ਬੰਦੇ ਚੱਕ ਲੇ ਉਹ ਕਿਹੜਾ ਉਹਨੇ ਬੰਦੂਕਾਂ ਲਈ ਨੇ ਪਰ ਹੁਣ ਸਾਨੂੰ ਬਹੁਤੇ ਨੇ ਕਹਦੇ ਨੇ ਵੀ ਪਹਿਲਾਂ ਸਾਰਾ ਅੰਮ੍ਰਿਤਪਾਲ ਦੇ ਖਿਲਾਫ ਬੁੱਲੀ ਗਏ ਜਦੋਂ ਹੁਣ ਆ ਗੱਲ ਹੋ ਗਈ ਹੁਣ ਤੁਸੀਂ ਉਹਦੇ ਹੱਕ ਚ ਨਹੀਂ ਅਮਰਤਪਾਲ ਦੇ ਮੈਂ ਇੱਕ ਵੀ ਵਿਚਾਰ ਦੇ ਹੱਕ ਤੇ ਨਹੀਂ ਜੋ ਉਹਨੇ ਕੀਤਾ ਉਹਦੇ ਅੱਖਰ ਨਾਲ ਸਹਿਮਤ ਨਹੀਂ ਮੈਂ ਚਲੋ ਮੈਂ ਜਾਦੇ ਕਹੇ ਦੇ ਅੱਖਰ ਨਾਲ ਸਹਿਮਤ ਨਹੀਂ ਕਈ ਗੱਲਾਂ ਠੀਕ ਵੀ ਨੇ ਉਹ ਕੋਈ ਗੱਲ ਨਹੀਂ ਉਹ ਵਿਚਾਰ ਤੇ ਮੇਰੇ ਕਦੇ ਇੱਕ ਪੂਰਾ ਤਬਦੀਲੀ ਨਹੀਂ ਆਈ ਮੈਂ ਕਹਿੰਦਾ ਦੀਪ ਸਿੱਧੂ ਆ ਜੋ ਕਿਸਾਨ ਅੰਦੋਲਨ ਚ ਉਹਨੇ ਕੀਤਾ ਮੈਂ ਅੱਜ ਵੀ ਉਹਨੂੰ ਠੀਕ ਸਮਝਦਾ ਪਰ ਜੋ ਪੰਜਾਬ ਬਾਰੇ ਬੋਲਦਾ ਸੀ ਮੈਂ ਉਹਦੀ ਕਹਿੰਦਾ ਸੀ ਜੇ ਦੀਪ ਸਿੱਧੂ ਪੰਜਾਬ ਚ ਆ ਕੇ ਸਿਆਸਤ ਕਰਦਾ ਹੋ ਸਕਦਾ ਕਾਮਰੇਡਾ ਨਾਲੋਂ ਮੈਂ ਉਹਦੇ ਵੱਧ ਨੇੜੇ ਹੋਵਾਂ ਤੇ ਸਿਆਸੀ ਤੌਰ ਤੇ ਮੈਂ ਦੀਪ ਸਿੱਧੂ ਦੇ ਪੰਜਾਬ ਬਾਰੇ ਪ੍ਰਵਚਨ ਦੇ ਨੇੜੇ ਆ ਜਿਹੜਾ ਕਾਮਰੇਡਾਂ ਦਾ ਪੰਜਾਬ ਬਾਰੇ ਪ੍ਰਵਚਨ ਆ ਉਹਦਾ ਮੈਂ ਵਿਰੋਧੀ ਆ ਤੁਸੀਂ ਚੀਜ਼ਾਂ ਨੂੰ ਪ੍ਰਸੰਗ ਚ ਰੱਖ ਕੇ ਨਹੀਂ ਦੇਖਦੇ ਜਿਹਦੇ ਕਰਕੇ ਭਲੇਖੇ ਖੜੇ ਹੁੰਦੇ ਨੇ ਹੁਣ ਜਿਹੜਾ ਫਿਰ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ ਪੱਤਰਕਾਰਾਂ ਦੇ ਘਰੇ ਪੁਲਿਸ ਜਾ ਰਹੀ ਆ ਖੱਤੇ ਬੰਦ ਕੀਤੇ ਜਾ ਰਿਹਾ ਤੁਹਾਡਾ ਤਾਂ ਮਤਲਬ ਖੁਦ ਦਾ ਸ਼ਾਇਦ ਖਾਤਾ ਬੰਦ ਹੋ ਗਿਆ ਜਾਂ ਇੰਟਰਵਿਊਸ ਡਿਲੀਟ ਹੋ ਰਹੀਆਂ ਸ਼ਾਇਦ ਆ ਵੀ ਡਿਲੀਟ ਹੋ ਜੇ ਤਾਂ ਉਹ ਕਿਵੇਂ ਤੁਸੀਂ ਦੇਖ ਰਹੇ ਹੋ ਇਹ ਕਿਹੜੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਕੀ ਤਸਵੀਰ ਦਿਖਾ ਰਹੇ ਆ ਦੁਨੀਆ ਭਰ ਨੂੰ ਦੋ ਨੁਕਤੇ ਧਿਆਨ ਚ ਰੱਖਣੇ ਚਾਹੀਦੇ ਆ ਜੇ ਗੱਲਾਂ ਨੂੰ ਸਹੀ ਪ੍ਰਸੰਗ ਚ ਸਮਝਣਾ ਹਮ ਇੱਕ ਤਾਂ ਮੁਲਕ ਦੀ ਹਕੂਮਤ ਆ ਜਿਹੜੀ ਉਹ ਮੌਜੂਦਾ ਤਰੀਕਿਆਂ ਨਾਲ ਰਾਜ ਕਰ ਤੋਂ ਸਮਰਥ ਹੋ ਰਹੀ ਆ ਹਮ ਉਹ ਜਿਹੜਾ ਭਾਰਤੀ ਰਾਸ਼ਟਰ ਦੀ ਗੱਲ ਕਰਦੇ ਆ ਸੰਵਿਧਾਨ ਦੀ ਗੱਲ ਕਰਦੇ ਆ ਉਹ ਹਿੰਦੂ ਰਾਸ਼ਟਰਵਾਦ ਅਲੰ ਬਿਨਾ ਲਾਣੇ ਉਹਨੇ ਹਿੰਦੂ ਰਾਸ਼ਟਰਵਾਦ ਐਲਾਨ ਤ ਹਮ ਇਹਨੂੰ ਫਾਸ਼ੀਵਾਦ ਕਹਿੰਦੇ ਨੇ ਫਾਸ਼ੀਵਾਦ ਤਾਨਾਸ਼ਾਹ ਜ਼ੁਲਮ ਇਹ ਅਡ ਅਡ ਗੱਲਾਂ ਨੇ ਫਾਸ਼ੀਵਾਦ ਉਦੋਂ ਹੁੰਦਾ ਜੋਨ ਸਮਾਜ ਦਾ ਇੱਕ ਵੱਡਾ ਹਿੱਸਾ ਹਕੂਮਤ ਦੇ ਨਾਲ ਜੁੜ ਜੇ ਵੀ ਚੱਕ ਦੋ ਫੁੱਟੇ ਠੀਕ ਆ ਆਹੀ ਕਰਨਾ ਚਾਹੀਦਾ ਠੋਕ ਤੋਂ ਮੁਸਲਮਾਨਾਂ ਨੂੰ ਐ ਕਰ ਦੋ ਜਿਹੜਾ ਗਾਂ ਨੂੰ ਐ ਕਰਦਾ ਐ ਕਰ ਦੋ ਜਿਹੜਾ ਬੱਕਰੀ ਗੱਲ ਕਰਦਾ ਇਹ ਲੰਮੇ ਚਿਰ ਤੋਂ ਸਾਰ ਦੇ ਆ ਰਿਹਾ ਇਹ ਉੱਥੇ ਆ ਜਿੱਥੇ ਸਾਰਿਆਂ ਨੂੰ ਰਗੜ ਰਿਹਾ ਕਦੇ ਮੁਲਕ ਚ ਤੁਸੀਂ ਸੁਣਿਆ ਵੀ ਰਾਜ ਕਰ ਰਹੀ ਪਾਰਟੀ ਲੋਕ ਸਭਾ ਨਾ ਚੱਲਣ ਦੇਵੇ ਵਿਰੋਧੀ ਤੇ ਤਾਂ ਰੋਕਦੀ ਆ ਲੋਕ ਸਭਾ ਕਹਿੰਦੇ ਅਸੀਂ ਨਹੀਂ ਚੱਲਣ ਦੇਣੀ ਦੂਜਾ ਪੱਖ ਓਹ ਮੁਲਕ ਦੇ ਵਿੱਚ ਇਹ ਤਾਂ ਦਹਿਸ਼ਤਵਾਦੀ ਇੱਕ ਸਿਸਟਮ ਸਾਰਨਾ ਚਾਹੁੰਦੇ ਆ ਹੁਣ ਲਾਰੇਸ ਪੋਜੀਸ਼ਨ ਹੋਈ ਦੀ ਇੰਟਰਵਿਊ ਕੀ ਆ ਜੀ ਜੇ ਤੁਸੀਂ ਧਿਆਨ ਨਾਲ ਦੇਖੋ ਬੀ ਜੀ ਪੀ ਨੇ ਇੱਕ ਫੁਕਰੀ ਮਾਰੀ ਇਹ ਜੇਲ੍ਹ ਚ ਨਹੀਂ ਸੀ ਜੀ ਇਹਦੀ ਵਰਦੀ ਆ ਸੀ ਦੂਜੀ ਆ ਹੀ ਸੀ ਦੂਜੀ ਇੰਟਰਵਿਊ ਫੇਰ ਆ ਗਈ ਡੀ ਜੀ ਪੀ ਧੋਕੇ ਰੱਖਤਾ ਦਾੜੇ ਵੱਟ ਗਏ ਸਾਰੇ ਇਹਦਾ ਮਤਲਬ ਕੋਈ ਇੱਕ ਹੋਰ ਸਿਸਟਮ ਆ ਜਿਹੜਾ ਮੌਜੂਦਾ ਤਾਣੇ ਬਾਣੇ ਤੋਂ ਉੱਪਰ ਦੀ ਚੱਲ ਰਿਹਾ ਤੇ ਉਹਨੂੰ ਬਣਾਇਆ ਜਾ ਰਿਹਾ ਹੁਣੇ ਦੇਸ਼ ਭਗਤਾਂ ਹੁਣ ਇਹ ਗਊ ਭਗਤ ਆ ਇਹ ਹੁਣ ਖਾਲਿਸਤਾਨ ਦੇ ਵਿਰੋਧ ਚ ਆ ਇਹ ਪਾਕਿਸਤਾਨ ਦੇ ਵਿਰੋਧ ਚ ਆ ਤੇ ਰਵਨੀਤ ਬਿੱਟੂ ਜਿਹਨੂੰ ਪਾਗਲਪਨ ਦਾ ਦੌਰ ਆ ਅਕਸਰ ਪੈ ਰਹਿੰਦਾ ਇਹ ਕਹਿੰਦਾ ਲਾਰੈਂਸ ਬਸ਼ਨੋਈ ਨੂੰ ਕਹਿੰਦਾ ਜੇ ਉਹ ਭਰੋਸਾ ਦਿੰਦਾ ਵੀ ਮੈਂ ਦੇਸ਼ ਭਗਤੀ ਕਰਨੀ ਆ ਛੱਡ ਕੇ ਦੇਖ ਲੈ ਉਹਦੀ ਰਹਾਜ ਮੰਗਦਾ ਉਹਦੀ ਰਹਾਜ ਮੰਗਦਾ ਦੂਜੇ ਪਾਸੇ ਇੱਕ ਹੋਰ ਗਰੁੱਪ ਖੜਾ ਹੋ ਗਿਆ ਵਿੱਕੀ ਕਾਉਂਟਰ ਗਰੁੱਪ ਬਮੀਆ ਗਰੁੱਪ ਉਹ ਕਹਿੰਦਾ ਜਿਹੜਾ ਖਾਲਿਸਤਾਨ ਦੇ ਖਿਲਾਫ ਬੋਲੂ ਟੁਕੜੇ ਕਰ ਦਾਂਗੇ ਸਿਆਸਤ ਕਿੱਥੇ ਆ ਇਹ ਜਵਾਨਵੰਦੀ ਹੈ ਨਾ ਇਸ ਕਰਕੇ ਜਿਹੜਾ ਤੁਸੀਂ ਸਵਾਲ ਉਠਾਇਆ ਨਾ ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ ਜਿਹੜਾ ਖਿੜੇ ਬਸ ਉਹਨਾਂ ਦੀ ਕਨਸ ਦੀ ਸਜਾਵਟ ਬਣੇ ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਬੋਲ ਨਾ ਉੱਗੇ ਜਿਹੜਾ ਉੱਗੇ ਬਸ ਉਹਨਾਂ ਦੀ ਹਾਮੀ ਭਰੇ ਇਹ ਆ ਸਿਆਸਤ ਜਿਹਦੇ ਕਰਕੇ ਪੱਤਰਕਾਰਾਂ ਤੇ ਹਮਲਾ ਸੋਸ਼ਲ ਮੀਡੀਆ ਪਹਿਲਾਂ ਤਾਂ ਸੋਸ਼ਲ ਮੀਡੀਆ ਨੂੰ ਗੰਧਲਾ ਕਰਨ ਚ ਕੋਈ ਕਸਰ ਨਹੀਂ ਛੱਡੀ ਕਹਿੰਦੇ ਸੀ ਇਨਕਲਾਬ ਆ ਗਿਆ ਜੀ ਸੋਸ਼ਲ ਮੀਡੀਆ ਆਮ ਬੰਦੇ ਦੇ ਹੱਥ 'ਚ ਹਥਿਆਰ ਆ ਗਿਆ ਗੋਦੀ ਮੀਡੀਆ ਨੂੰ ਇਹ ਉਡਾ ਦੇਊਗਾ ਹਰ ਇੱਕ ਬੰਦਾ ਪੱਤਰਕਾਰ ਆ ਹੁਣ ਉਹਦੇ ਕੋਲੇ ਮੋਬਾਈਲ ਆ ਇਹ ਆ ਉਹ ਆ ਪਹਿਲਾਂ ਤਾਂ ਉਹਦੇ ਵਿੱਚ ਐਡੀ ਇਨਫਿਲਟ੍ਰੇਸ਼ਨ ਕੀਤੀ ਆ ਆਈਟੀ ਸੈੱਲ ਬਣਾ ਕੇ ਇਹ ਕਰਕੇ ਇਹ ਕਰਕੇ ਉਹ ਉਹ ਉਹਨੂੰ ਵੀ ਬਣਾਤਾ ਵੀ ਇਹਦੇ ਵਿੱਚ ਵੀ ਇੱਕ ਵੱਡਾ ਗੋਦੀ ਮੀਡੀਆ ਸਿਰਜ ਲਿਆ ਉਹਨਾਂ ਨੇ ਫਿਰ ਹੁਣ ਇਹੋ ਜਿਹਾ ਸੰਕਟ ਆਇਆ ਜਦੋਂ ਉਹਨਾਂ ਨੇ ਇੱਕ ਅਮਰਤਪਾਲ ਨੇ ਗਲਤੀਆਂ ਕੀਤੀਆਂ ਮੈਨੂੰ ਮੈਂ ਵੀ ਕਹਿੰਦਾ ਗਲਤੀਆਂ ਕੀਤੀਆਂ ਉਹ ਮੁੰਡੇ ਨੂੰ ਕੁੱਟਿਆ ਉਹਨੇ ਦੇਖੋ ਇੱਕ ਗਲਤੀ ਗਾਹ ਤੁਹਾਨੂੰ ਲੈ ਕਿੱਥੇ ਜਾਂਦੀ ਆ ਇੱਕ ਨਿੱਜੀ ਮਸਲਾ ਸੀ ਮੁੰਡੇ ਤੇ ਕੁੜੀ ਦਾ ਰੌਲਾ ਸੀ ਉਹ ਸਮਝਾਇਆ ਜਾ ਸਕਦਾ ਸੀ ਉਹ ਚਲਦਾ ਚਲਦਾ ਕਿੱਥੇ ਅਜ ਨਾਲੇ ਥਾਣੇ ਤੋਂ ਕਿੱਥੇ ਆ ਗਿਆ ਤੇ ਉਹਦਾ ਕੀ ਨਤੀਜਾ ਨਿਕਲਿਆ ਉਹ ਗਲਤੀਆਂ ਦੀ سزا ਦੇ ਲੋ ਤੁਸੀਂ ਥਾਣੇ ਤੇ ਜੋ ਕਿਸਾਨਾਂ ਨੇ ਕੀ ਕਿਸਾਨਾਂ ਤੇ ਕਿਸ ਨਹੀਂ ਬਣੇ ਮਤਲਬ ਕਿੰਨੀ ਐਜੀਟੇਸ਼ਨਾਂ ਤੇ ਟੀਚਰਾਂ ਤੇ ਮੁਲਾਜ਼ਮਾਂ ਤੇ ਕਿਸ ਨਹੀਂ ਬਣੇ ਫਿਰ ਲੜਦੇ ਆ ਕੇਸ ਭੁਗਤਦੇ ਵੀ ਆ ਕੇਸ ਰਹਿ ਆ ਵੀ ਹੋ ਜਾਂਦੇ ਆ ਇੰਨੀ ਕਾ ਗੱਲ ਸੀ ਇਹ ਇਸ ਤੋਂ ਵੱਧ ਨਹੀਂ ਪਰ ਉਹਨਾਂ ਨੇ ਜਿਹੜੀ ਖੁੱਲੀ ਪਹਿਲਾਂ ਤਾਂ ਐਡਾ ਹੈ ਹੀ ਨਹੀਂ ਸੀ ਜੱਡਾ ਬਣਾਇਆ ਫਿਰ ਉਹਨੂੰ ਫੜਨ ਵਾਲੀ ਐਡੀ ਗੱਲ ਹੈ ਹੀ ਨਹੀਂ ਸੀ ਜੱਡਾ ਤਾਣਾ ਬਣਾਣਾ ਜਿੱਦ ਦੇ ਭਗਵੰਤ ਮਾਨ ਨੇ ਮੁਲਾਕਾਤ ਕਰ ਲਈ ਸੀ ਅੰਮ੍ਰਿਤ ਸ਼ਾਹ ਨਾਲ ਮੈਂ ਤਾਂ ਉਦੀ ਕਹਿਤਾ ਸੀ ਮੈਂ ਤੇ ਮਾਹੀ ਇੰਜ ਜੁੜ ਗਏ ਜਿਵੇਂ ਟਿਚ ਬਟਣਾਂ ਦੀ ਜੋੜੀ ਮੈਂ ਫੇਸਬੁਕ ਤੇ ਲਿਖਿਆ ਸੀ ਪੰਜਾਬੀਓ ਚਿੱਤਣਾ ਤੇ ਲੋਗੜ ਬੰਨ ਲਓ ਹੁਣ ਜਿਹੜੀ ਆ ਰਹੀਆਂ ਨੇ ਫੌਜਾਂ ਉਦੋਂ ਕੰਜਾਂ ਨੂੰ ਸਖਤ ਤਾਂ ਲੱਗਦਾ ਸੀ ਗੱਲ ਵੀ ਡਰਾਉਂਦਾ ਆ ਦੇਖ ਲਓ ਕਿਵੇਂ ਆਪਰੇਸ਼ਨ ਕੀਤਾ ਤੇ ਉਹ ਮੁੰਡਿਆਂ ਨੂੰ ਫੜ ਫੜ ਮਤਲਬ ਐਨਐਸਐਚ ਭੇਜ ਰਹੇ ਨੇ ਜਿਹੜੇ ਉਹਦੇ ਨਾਲ ਮੈਂ ਕਹਿੰਦਾ ਉਹਦੇ ਨਾਲ ਵੀ ਠੀਕ ਸੀ ਉਹ ਉਹਦੇ ਨਾਲ ਸਹਿਮਤ ਹੋਣ ਕੋਈ ਜਜਵਾਤੀ ਵੀ ਹੋਣਗੇ ਕਈ ਉਹ ਬਾਹਰਲੇ ਵੀ ਹੋਣਗੇ ਜਿਹੜੇ ਭੂਆ ਮਾਮਿਆਂ ਦੇ ਪੁੱਤਾਂ ਨੂੰ ਕਹਿੰਦਾ ਓਏ ਅੱਜ ਕਾਫਲੇ ਦੇ ਵਿੱਚ ਨਾਲ ਜਾਣਾ ਤੁਸੀਂ ਆਪਣੇ ਖਾਲਸੇ ਦਾ ਅੰਮ੍ਰਿਤਪਾਲ ਖਾਲਸੇ ਦਾ ਹੁਣ ਤੁਸੀਂ ਸਾਰਿਆਂ ਨੂੰ ਫੜਫੜ ਇੱਕ ਨਵਾਂ ਕਾਲਾ ਪਾਣੀ ਬਣਾਓਗੇ ਇਹਦੇ ਖਿਲਾਫ ਕਿਉਂ ਨਾ ਬੋਲਿਆ ਜਾਵੇ ਜੀ ਮੈਂ ਕਹਿੰਦਾ ਜਦੋਂ ਤੱਕ ਮਨੁੱਖੀ ਹੱਕ ਕੀ ਨੇ ਤੁਸੀਂ ਮੇਰੇ ਵਿਰੋਧ ਵਿੱਚ ਚੱਲ ਰਹੇ ਹੋ ਤੁਹਾਡਾ ਚੈਨਲ ਬੰਦ ਹੁੰਦਾ ਉੱਥੇ ਪਤਾ ਲੱਗੂ ਮੇਰਾ ਮੈਂ ਕਹੂੰ ਆਹ ਗਲਤ ਆ ਚਾਹੇ ਮੇਰਾ ਵਿਰੋਧੀ ਆ ਦੁਸ਼ਮਣਾ ਤੇ ਇੱਕ ਬਹਾਦਰ ਦੀ ਸ਼ਹੀਦੀ ਕੀ ਆ ਤਿਲਕ ਜੰਜੂ ਦਾ ਰੱਖਾ ਤਾਂ ਹੈ ਨਹੀਂ ਸੀ ਉਹ ਉਹ ਤਾਂ ਉਹਦੇ ਸ਼ਹੀਦਾਂ ਨੂੰ ਰੰਗ ਦੇ ਤਾ ਨਾ ਹਿੰਦੁਸਤਾਨ ਮਤਲਬ ਹਿੰਦੀ ਚਾਦਰ ਉਹ ਤਾਂ ਗੁਰਤੇਗ ਬਹਾਦਰ ਸ਼੍ਰਸ਼ਟ ਦੀ ਚਾਦਰ ਸੀ ਉਹਦਾ ਇੱਕ ਗੱਲ ਸੀ ਵੀ ਧਰਮ ਦੇ ਆਧਾਰ ਤੇ ਭੇਦ ਭਾਵ ਤੱਕਾ ਬਿਤਕਰਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਧਰਮ ਬਦਲੀ ਬਾਰੇ ਸਿੱਖਾਂ ਦੀ ਹੋਰ ਪਰਵਾਸਾ ਦੂਜਿਆਂ ਦੀ ਹੋਰ ਆ ਸਿੱਖ ਤਾਂ ਕਹਿੰਦਾ ਜਿਹੜਾ ਜੋ ਮਰਜੀ ਧਰਮਾ ਪੜਾਵੇ ਦਵਾਨਾ ਪਾਊ ਡਰਾਉਣਾ ਅਸੀਂ ਹੁਣ ਸਾਰੇ ਰਸਾਇਆਂ ਨਾਲ ਜੰਗ ਛੇੜ ਲਈ ਸੋ ਇਹ ਇਸ ਕਰਕੇ ਸਾਨੂੰ ਸਾਡੇ ਫਲਸਫੇ ਨੂੰ ਸਮਝਣ ਦੀ ਲੋੜ ਆ ਮਨੁੱਖੀ ਹੱਕਾਂ ਦਾ ਉਹ ਮਾਇਆ ਮੇਰੇ ਨਾਲ ਦੇ ਮਨੁੱਖੀ ਹੱਕ ਉਲੰਘਣਾ ਹੁੰਦੀ ਆ ਮੈਂ ਉੱਥੇ ਬੋਲ ਨਹੀਂ ਜਣਾ ਉਹ ਤਾਂ ਮੇਰੀ ਪਾਰਟੀ ਤਾਂ ਵੀ ਬੋਲੂ ਜੇ ਇਹਦੇ ਅਮਰਤਪਾਲ ਦੇ ਜਾਂ ਉਹਦੇ ਸਾਥੀਆਂ ਦੇ ਕਾਨੂੰਨੀ ਹੱਕਾਂ ਦਾ ਉਲੰਘਣਾ ਹੁੰਦਾ ਉਹ ਹਕੂਮਤ ਜਿਹੜੀ ਉਹਨਾਂ ਨੂੰ ਕਹਿੰਦੀ ਆ ਇਹ ਕਾਨੂੰਨ ਹੱਥ ਚ ਲਿਆ ਤੇ ਤੁਸੀਂ ਉਹਦੋਂ ਸਾਹਗਣਾ ਵੱਧ ਲੈ ਰਹੇ ਹਾਂ ਤੁਸੀਂ ਸਾਡੇ ਕੀ ਲੱਗਦੇ ਹੋ ਉਹਨਾਂ ਨੂੰ ਕਿਉਂ ਬਖਸ਼ਿਆ ਜਾਵੇ ਇੱਥੇ ਆ ਕੇ ਪਰਖ ਹੁੰਦੀ ਆ ਪੰਜਾਬ 'ਚ ਇਸ ਪੱਖੋਂ ਘਾਟ ਰਹੀ ਆ ਪਰ ਇੱਕ ਗੱਲ ਮੈਨੂੰ ਚੰਗੀ ਲੱਗੀ ਵੀ ਜਿਹੜੇ ਉਗਰਾਹਾਂ ਵਾਲੇ ਨੇ ਉਹਨਾਂ ਨੇ ਕਿਹਾ ਵੀ ਸੀਆਰਪੀ ਨੂੰ ਵਾਪਸ ਭੇਜੋ ਹੂੰ ਇੰਨਾ ਕਹਿ ਕੇ ਨਹੀਂ ਸਰਦਾ ਇਹ ਗੱਲ ਮਨੁੱਖੀ ਹੱਕਾਂ ਦਾ ਘੇਰਾ ਅੱਗੇ ਵਧਾਉਣ ਦੀ ਲੋੜ ਆ ਪਰ ਇਹ ਸਾਰੇ ਵਰਤਾਂਤ ਦੇ ਵਿੱਚ ਜਾਂ ਇਹ ਸਾਰੀ ਫਿਲਮ ਦੇ ਵਿੱਚ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਆ ਪਕਸ਼ਿਆਸਤ ਦੀ ਕੁਰਸੀ ਕਹ ਲਈਏ ਮੁੱਖ ਮੰਤਰੀ ਉਹਨਾਂ ਦੀ ਕੀਹੀ ਦੀ ਭੂਮਿਕਾ ਤੁਹਾਨੂੰ ਲੱਗੀ ਭਗਵਾਨ ਸਿੰਘ ਮਾਨ ਦੀ ਵੀ ਠੀਕ ਹੈ ਕਿ ਉਹੀ ਜਿਹੜੀ ਟਿਚ ਬਚਣ ਵਾਲੀ ਗੱਲ ਕਰਤੀ ਵੀ ਉੱਥੋਂ ਤੱਕ ਹੀ ਆ ਕਿ ਤੁਹਾਨੂੰ ਲੱਗਦਾ ਵੀ ਹੁਣ ਉਹਨਾਂ ਨੂੰ ਕੋਈ ਹੋਰ ਐਫਰਟ ਕਰਨਾ ਚਾਹੀਦਾ ਜਿਹੇ ਦਾ ਮਾਹੌਲ ਪੰਜਾਬ ਦੇ ਲੋਕਾਂ ਜਾ ਰਿਹਾ ਹਾਲਾਂਕਿ ਉਹਨਾਂ ਨੇ ਕਹਿ ਤਾਂ ਹਿੰਦੀ ਦੇ ਵਿੱਚ ਭਾਸ਼ਣ ਦੇਤਾ ਵੀ ਸਾਰਾ ਕੁਝ ਠੀਕ ਆ ਮਾਹੌਲ ਓਕੇ ਆ ਸਾਰਾ ਕੁਝ ਠੀਕ ਨਹੀਂ ਉਹਨੇ ਕਿਹਾ ਹੂੰ ਜਦੋਂ ਨਾ ਕੇਂਦਰ ਸਰਕਾਰ ਨੇ ਇਹ ਵੱਡਾ ਆਪਰੇਸ਼ਨ ਕਰਕੇ ਇਹ ਸਾਬਤ ਕਰਤਾ ਵੀ ਸਰਹੱਦੀ ਸੂਬਾ ਆਮ ਆਦਮੀ ਪਾਰਟੀ ਦੇ ਹੱਥ ਚ ਦੇਤਾ ਸੀ ਇਹ ਤਾਂ ਨਿਕਲ ਗਿਆ ਸੀ ਫੌਜਾਂ ਤਿਆਰ ਹੋਣ ਲੱਗੀਆਂ ਥਾਣਿਆਂ ਤੇ ਹਮਲੇ ਹੋਣ ਲੱਗੇ ਖਾਲਸਤਾਨ ਦਾ ਇਹ ਹੋਣ ਲੱਗ ਗਿਆ ਜਦੋਂ ਇਹ ਵਰਤਾਂਤ ਸਿਰਜਿਆ ਕੇਜਰੀਵਾਲ ਦੀ ਜਾਨ ਨਿਕਲ ਗਈ ਬਾਹਰ ਹੂੰ ਜਿਹੜਾ ਮੁਲਕ ਚੋਂ ਚੋਣ ਲੜਨ ਨੂੰ ਫਿਰਦਾ 24 ਦੀ ਹੂੰ ਤਾਂ ਉਹਨੇ ਕਿਹਾ ਅਸੀਂ ਭਗਵੰਤ ਮਾਨ ਦੀਆਂ 10 ਦਿਨ ਪਹਿਲਾਂ ਦੇ ਬਿਆਨ ਦੇਖ ਲਓ ਪੰਜਾਬ ਅਮਨ ਕਾਨੂੰਨ ਦੇ ਮਾਮਲੇ ਚ ਮੁਲਕ ਚ ਨੰਬਰ 2 ਤੇ ਆ ਕੋਈ ਅਮਨ ਕਾਨੂੰਨ ਦੀ ਸਮੱਸਿਆ ਨਹੀਂ ਇਹ ਤਾਂ ਜਦੋਂ ਉਹਨਾਂ ਨੇ ਬੁਲਾਇਆ ਵੀ ਕਾਕਾ ਉਰੇਆ ਗੱਲ ਸੁਣ ਭੀਜੀ ਬਿੱਲੀ ਬਣ ਗਿਆ ਨਾਲ ਦੀ ਨਾਲ ਸਾਰਾ ਆਪਰੇਸ਼ਨ ਕੇਂਦਰ ਦਾ ਬਿਲਕੁਲ ਉਹਨਾਂ ਨੇ ਹਦਾਇਤਾਂ ਨੇ ਪੰਜਾਬ ਸਰਕਾਰ ਦਿੱਲੀ ਦਾ ਧਾੜ ਵੀ ਗੈਂਗ ਚਲਾ ਰਿਹਾ ਨਹੀਂ ਬੋਲਦੇ ਤੁਸੀਂ ਮੈਂ ਤਾਂ ਬੋਲਦਾ ਨਾ ਕਿੰਨੀਆਂ ਨਿਯੁਕਤੀਆਂ ਹੋਈਆਂ ਲੋਕ ਸੰਪਰਕ ਕੀਆ ਦਿੱਲੀ ਦੀਆਂ ਟੀਮਾਂ ਕੀ ਨੇ ਉਹ ਕਿਤੇ ਉੱਪਰੋਂ ਤਾਂ ਨਹੀਂ ਆਈਆਂ ਇਹਨਾਂ ਦੇ ਰਹੀਆਂ ਆਈਆਂ ਨੇ ਕਿੰਨੇ ਅਫਸਰਾਂ ਦੀ ਨਿਯੁਕਤੀ ਹੋ ਰਹੀ ਆ ਪੰਜਾਬ ਪੁਲਿਸ ਐਨਆਈਏ ਦੀ ਨਿਗਰਾਨੀ ਚ ਚੱਲ ਰਹੀ ਆ ਜਿਵੇਂ ਬੰਦਿਆਂ ਦੇ ਨਾਮ ਲੈਤਾ ਨਾ ਵੀ ਅੱਜ ਪੰਜਾਬ ਦਾ ਕਿਹੜਾ ਡੀਜੀਪੀ ਅਸਲ ਚ ਫਿਰ ਹੋ ਸਕਦਾ ਅਗਲਾ ਕਹਿੰਦਾ ਤੁਹਾਡੀ ਆ ਵੀਡੀਓ ਬੱਡੇ ਉਹਨਾਂ ਬੰਦ ਹੋ ਜੇ ਦੂਜਾ ਘੁੰਮਣ ਘਮਾਉਣ ਨੂੰ ਤਾਂ ਥਰ ਰੱਖੀ ਆ ਦਿੱਲੀ ਵਾਲੇ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਹ ਤਾਂ ਐਲਾਨ ਬੰਦਤਾ ਇਹ ਤੋਂ ਐਲਾਨ ਇਹ ਤੋਂ ਹਿੰਦੀ ਚ ਐਲਾਨ ਕਰਾਇਆ ਮੁਲਕ ਦੇ ਲੋਕਾਂ ਨੂੰ ਦੱਸਣ ਲਈ ਵੀ ਆ ਜੋ ਅਸੀਂ ਕਰ ਰਹੇ ਹਾਂ ਪੰਜਾਬ ਚ ਅਸੀਂ ਕਰ ਰਹੇ ਹਾਂ ਕੇਂਦਰ ਦੀ ਤਾਂ ਸਹਾਇਤਾ ਲਈਆ ਸੀ ਕੇਂਦਰ ਥੋੜੋ ਕਰ ਰਿਹਾ ਹੋਇਆ ਕੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਇਹ ਨਾ ਮੈਂ ਸ਼ਖਤ ਸ਼ਬਦ ਵਰਤਦਾ ਸੀ ਇੱਕ ਵਾਰ ਇਹਦੀ ਕੀਮਤ ਭਗਵੰਤ ਮਾਨ ਨੂੰ ਦੇਖੋ ਪੰਜਾਬ ਦਾ ਖਜ਼ਾਨਾ ਉਹਨੇ ਆਪਣੀ ਮਸ਼ਹੂਰੀ ਲਈ ਦਾਤੇ ਲਾਤਾ ਨਾ ਮੁਲਕ ਚ ਪੰਜਾਬ ਦੀ ਸਰਕਾਰ ਤੇ ਆਪ ਵਾਲੇ ਲੀਡਰ ਉਹਨੇ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਲਈ ਦਾਤੇ ਲਾਤੇ ਵੀ ਜੋ ਆ ਹੋਇਆ ਜ਼ੁਲਮ ਹੋਇਆ ਜਾਂ ਹੋਣਾ ਇਹਦੇ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਆ ਤੇ ਇਹਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਜਵਾਬ ਦੇਣਾ ਪਊ ਦੂਜੇ ਮੈਂ ਧਾੜੀ ਵਾਲ ਸਾਨੂੰ ਇਹ ਗੱਲ ਕਹਿਣਾ ਜੇ ਅੱਜ ਮਾਲੀ ਅਮਰਤਪਾਲ ਦੇ ਖਲਾ ਉੱਤੇ ਜ਼ੁਲਮ ਹੋ ਰਿਹਾ ਉਹਨੇ ਨਾਲ ਖੜਾ ਤਾਂ ਕਿੰਨੇ ਸਿੱਖ ਸੀ ਜਿਹੜੇ ਜਿਹੜੇ ਨਹੀਂ ਸੀ ਸਹਿਮਤ ਉਹ ਤਾਂ ਮੇਰੇ ਤੋਂ ਪਹਿਲਾਂ ਉਹਦੇ ਜ਼ੁਲਮ ਦੇ ਖਿਲਾਫ ਖੜੇ ਹੋਣਗੇ ਇਸ ਕਰਕੇ ਇਹ ਨਹੀਂ ਵੀ ਇਕੱਲੇ ਅਮਰਤਪਾਲ ਦੇ ਹਮੈਤੀ ਇਸ ਜ਼ੁਲਮ ਦੇ ਵਿਰੋਧੀ ਨੇ ਜਿਹੜਾ ਵੀ ਕੋਈ ਖਰਾ ਜਮਹੂਰੀਅਤ ਪਸੰਦ ਦਾ ਜਿਹਦੇ ਮਨ ਚ ਸੰਵਿਧਾਨਕਾਂ ਦੀ ਕਦਰ ਕੀਮਤਾਂ ਦੀ ਕਾਨੂੰਨ ਦੀ ਮਨੁੱਖੀ ਹੱਕਾਂ ਦੀ ਲੋੜ ਆ ਉਹ ਪੰਜਾਬ ਸਰਕਾਰ ਦੇ ਖਿਲਾਫ ਪੱਤ ਚੜਤੇ ਇਹਨਾਂ ਤੇ ਪਹਿਲੀ ਆ ਗਈ ਸੰਗਰੂਰ ਦੇਖ ਲਿਆ ਆ ਜਲੰਧਰ ਤੁਸੀਂ ਦੇਖ ਲਿਓ ਖਤਰੇ ਦਾ ਘੁੱਗੂ ਬੋਲ ਜਾਣਾ ਸੋ ਇਸ ਕਰਕੇ ਇਹ ਬੜੇ ਗਲਤ ਰਾ ਪੈ ਗਿਆ ਪਰ ਜਿਹੜੀ ਇਹ ਕਹਿ ਰਹੇ ਆ ਹੁਣ ਕਾਂਗਰਸ ਨੇ ਵੀ ਇਹ ਹੀ ਟਿੱਪਣੀ ਕੀਤੀ ਆ ਹਾਲਾਂਕਿ ਐਮਐਸਏ ਦਾ ਵਿਰੋਧ ਅਕਾਲੀ ਦਲ ਨੇ ਕਰਾਇਆ ਉਹਨਾਂ ਨੇ ਇੱਕ ਸੂਚੀ ਵੀ ਜਾਰੀ ਕਰੀ ਆ ਵਕੀਲਾਂ ਦੇ ਪੈਨਲ ਦੀ ਪਰ ਕਾਂਗਰਸ ਨੇ ਇਹ ਕਹਤਾ ਵੀ ਇਹ ਸਾਰਾ ਜਲੰਧਰ ਤਾਂ ਕਰ ਰਿਹਾ ਜਿਮਨੀ ਜ਼ੋਨ ਨੂੰ ਦੇਖਦੇ ਹੋ ਦੇਖੋ ਇਹ ਸਿਰਫ ਵੋਟਾਂ ਖਾਤਰ ਨਹੀਂ ਸਮਝਣ ਦੀ ਲੋੜ ਇਹ ਆ ਇਹ ਇੱਕ ਕੌਮ ਸਰਜੀ ਜਾ ਰਹੀ ਆ ਹਿੰਦੂ ਰਾਸ਼ਟਰ ਵਾਲੀ ਇਹ ਜਿਹੜੇ ਵਿਰੋਧੀ ਆਵਾਜ਼ਾਂ ਨੇ ਉਹਨਾਂ ਨੂੰ ਪੇਟ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਨੇ ਜਿਹੜਾ ਪੰਜਾਬ ਤੇ ਸਿੱਖਾਂ ਦਾ ਦੁਨੀਆ ਤੇ ਸਰਸ ਖਾਨ ਨਾਲ ਉੱਚਾ ਕੀਤਾ ਸੀ ਜਿਹੜੇ ਕਹਿੰਦੇ ਸੀ ਆਹ ਲੋਕ ਜਿਨ੍ਹਾਂ ਨੂੰ ਅਸੀਂ ਅਤਵਾਦੀ ਤੇ ਵੱਖਵਾਦੀ ਕਹਿੰਦੇ ਹਰਿਆਣੇ ਦੇ ਕਹਿੰਦੇ ਨੇ ਕਹਿੰਦੇ ਜੇ ਕਿਸਾਨ ਖਾਲਸਤਾਨੀ ਹੈ ਤਾਂ ਹਮ ਵੀ ਖਾਲਸਤਾਨੀ ਹੈ ਜੇ ਇੱਕ ਖਾਲਸਤਾਨੀ ਹੈ ਤਾਂ ਹਮ ਵੀ ਖਾਲਸਤਾਨੀ ਹੈ ਤੁਸੀਂ ਦੇਖੋ ਤਾਂ ਸਹੀ ਵੀ ਉਹਨੇ ਕਿਹੜਾ ਬਰਤਾਨ ਸਿੱਟ ਜਾਈ ਸੀ ਉਹਨੂੰ ਸਾਰੇ ਨੂੰ ਅਜਨਾਲੇ ਦੇ ਘਰਾਓ ਕਰਕੇ ਤਾਂ ਮੈਂ ਉਦੋਂ ਵੀ ਕਿਹਾ ਸੀ ਮੈਂ ਹਾ ਡਰਪੋਕ ਮਾਨਸਿਕ ਤਲਾ ਬੰਦਾ ਮੇਰੀ ਫੇਸਬੁੱਕ ਤੇ ਦੇਖ ਲਿਓ ਜਿਵੇਂ ਘਰੀ ਹੋਈ ਬਿੱਲੀ ਨਾਲ ਗੱਲ ਨੂੰ ਆਉਂਦੀ ਆ ਇਹ ਫਸ ਗਿਆ ਨਿੱਜੀ ਮਸਲੇ ਨੂੰ ਲੈ ਕੇ ਉਹਨੂੰ ਇਹ ਕਹ ਕੇ ਨੌਜਵਾਨਾਂ ਤੇ ਤਸ਼ੱਦਦ ਪੁਲਿਸ ਇਹ ਕਰ ਰਹੀ ਆ ਜਿਹੜਾ ਮੁੰਡਾ ਛੱਡਿਆ ਉਹ ਕਹਿੰਦਾ ਮੈਨੂੰ ਤਾਂ ਹੱਥ ਨਹੀਂ ਲਾਇਆ ਮੈਨੂੰ ਤਾਂ ਸਤਕਾਰ ਨਾਲ ਬੋਲੇ ਨੇ ਸਾਰੇ ਉਹ ਤਾਂ ਇਹ ਕਹਿੰਦਾ ਇਹਨੇ ਬਣਾ ਕੇ ਪੁਲਿਸ ਛਾਪੇ ਮਾਰ ਰਹੀ ਆ ਚੱਕਰ ਰਹੀ ਆ ਤਸ਼ੱਦਦ ਕਰ ਰਹੀ ਆ ਲੋਕਾਂ ਚ ਆਉਣੀ ਸੀ ਪੁਲਿਸ ਨੇ ਕੀਤਾ ਸਾਰਾ ਕੁਝ ਅਗਲਾ ਕਹਿੰਦਾ ਫੇਰ ਸ਼ੁਰੂ ਕਰ ਲਿਆ ਤੇ ਅੰਦਰ ਜਾ ਕੇ ਫੇਰ ਦੇਖੋ ਇਹਦਾ ਨਾਅ ਹੀ ਦੇਖੋ ਤੁਸੀਂ ਕਹਿੰਦੇ ਸੀ ਮੇਰੇ ਮਾਗਰ ਕੋਈ ਨਹੀਂ ਤਾਂ ਮੈਨੂੰ ਇਹ ਕਰਨਾ ਪਿਆ ਫੇਰ ਇੱਥੇ ਅਮਰਤ ਸੰਚਾਰ ਹੋੂ ਸ਼ਾਮ ਨੂੰ ਇਹ ਇਹ ਬੇਪ੍ਰਤੀਤ ਆਗੂ ਹੁੰਦਾ ਤੁਹਾਨੂੰ ਲੱਗਦਾ ਵੀ ਜਿਵੇਂ ਆਪਾਂ ਅਕਸਰ ਕਿਹਾ ਜਾਂਦਾ ਵੀ ਜੇ ਪੁਲਿਸ ਵਾਲਿਆਂ ਨੂੰ ਇਦਾਂ ਆਪਾਂ ਕਰਦੇ ਆਂ ਜਾਂ ਪੁਲਿਸ ਸਾਹਿਬ ਦਾ ਬਦਲਾ ਜ਼ਰੂਰ ਲੈਂਦੀ ਆ ਇਹੇ ਜੀ ਚੀਜ਼ਾਂ ਚੱਲਦੀਆਂ ਜਦੋਂ ਉਹ ਜਿਹੜੇ ਬਿਆਨ ਦੀ ਤੁਸੀਂ ਗੱਲ ਕਰ ਰਹੇ ਜਦੋਂ ਕਿਹਾ ਗਿਆ ਵੀ ਤੁਸੀਂ ਮੇਰੀ ਤੜ ਚੈੱਕ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਉੱਥੋਂ ਸਾਰਾ ਸਿਸਟਮ ਵੀ ਉਹ ਹੋ ਗਿਆ ਨਹੀਂ ਉਹ ਚ ਦੋ ਗੱਲਾਂ ਆ ਗਈਆਂ ਇੱਕ ਤਾਂ ਗੱਲ ਆ ਗਈ ਇੱਕ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਨੂੰ ਉਹਦੇ ਪ੍ਰਤੀ ਜਿਹੜੀ ਪਹੁੰਚ ਆ ਉਹ ਤੇ ਵੱਡਾ ਰੌਲਾ ਪੈ ਗਿਆ ਵੀ ਓਟ ਆਸਰੇ ਨੂੰ ਤੁਸੀਂ ਆੜ ਤੇ ਢਾਲ ਲਈ ਵਰਤਦੇ ਹੋ ਹਥਿਆਰ ਲਈ ਵਰਤਦੇ ਹੋ ਇਤਿਹਾਸ ਤੋਂ ਜਿਹੜੀਆਂ ਉਦਾਹਰਣਾਂ ਦਿੱ ਪਲਟ ਪਲਟਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਂਦੇ ਨੇ ਮੋਰਚੇ ਤੇ ਥੋੜੇ ਜਾਂਦੇ ਨੇ ਲੜਾਈ ਦੇ ਸਾਫ਼ ਇੱਕ ਪਾਸੇ ਰੱਖੇ ਹੁੰਦੇ ਨੇ ਆਪਣੇ ਵੀ ਹੁਣ ਇੱਥੇ ਮਤਲਬ ਚੰਡੀਗੜ੍ਹ ਮੋਰਚਾ ਸਟੇਟ ਦੇ ਸਰੂਪ ਰੱਖੇ ਹੋਏ ਨੇ ਪਰ ਜਦੋਂ ਕੋਈ ਮਾਰਚ ਕਰਨ ਜਾਂਦਾ ਉੱਥੇ ਤਾਂ ਨਹੀਂ ਜਾਂਦਾ ਕਿਸਾਨ ਅੰਦੋਲਨ ਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਪਰ ਜਦੋਂ ਮਾਰਚ ਕੱਢਦੇ ਸੀ ਉਦੋਂ ਤਾਂ ਨਹੀਂ ਨਾਲ ਲੈ ਕੇ ਜਾਂਦੇ ਸੀ ਇੱਕੋ ਇਹ ਦੇ ਖਿਲਾਫ ਵੱਡਾ ਹੋ ਗਿਆ ਜਦੋਂ ਇੱਕ ਗਲਤੀ ਕਰਦਾ ਬੰਦਾ ਨਾ ਫਿਰ ਦੂਜੀ ਫਿਰ ਇੱਕ ਝੂਠ ਨੂੰ ਛਪਾਉਣ ਖਾਤਰ 100 ਵਾਰ ਝੂਠ ਬੋਲਣਾ ਪੈਂਦਾ ਉਹਦੇ ਵਿੱਚ ਹੀ ਮੈਂ ਕਿਹਾ ਨਾ ਮੈਂ ਤਾਂ ਇੱਕ ਨੂੰ ਆਪਸ਼ਨ ਦੇਣਾ ਵੀ ਇਹਨੂੰ ਇਹ ਲੱਗਿਆ ਵੀ ਇਹ ਮੈਨੂੰ ਮੁਕਸਰ ਜਾਣ ਤੋਂ ਰੋਕ ਦੇਣੇ ਇਹਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਮੈਨੂੰ ਗ੍ਰਫਤਾਰ ਕਰਨਾ ਚਾਹੁੰਦੇ ਨੇ ਮੰਨ ਲਓ ਉਹਦੇ ਖਾਤਰ ਨੇ ਰਾਹ ਬਦਲ ਲਿਆ ਵੀ ਕਿਵੇਂ ਨਾ ਕਿਵੇਂ ਮੁਕਸਰ ਪਹੁੰਚੀ ਮੈਂ ਤਾਂ ਇਸ ਹੱਦ ਤੱਕ ਇਹਨੂੰ ਲਾਭ ਦਿੰਨਾ ਪਰ ਉਦੋਂ ਬਾਅਦ ਤਾਂ ਹੁਣ ਪੁਲਿਸ ਦੇ ਟਰੈਪ ਚ ਫਸ ਗਿਆ ਨਾ ਜਿਹੜਾ ਕਹਿੰਦਾ ਸੀ ਗੁਰੂ ਦੀ ਬਖਸ਼ਿਸ਼ ਟੋਲਾ ਸਾਹਿਬ ਆ ਉਹ ਕਹਿੰਦੇ ਜੀ ਨੰਗਲੰਬੀਆਂ ਗੁਰਦੁਆਰੇ ਪਿਆ ਜਿਹੜਾ ਕਹਿੰਦਾ ਸੀ ਆਧੁਨਿਕ ਵਿੱਦਿਆ ਬੰਦੇ ਨੂੰ ਐ ਬਣਾਉਂਦੀ ਆ ਪਾਈ ਫਿਰਦਾ ਨਾ ਜੀਮ ਦੀਆਂ ਪੈਂਟਾਂ ਤੇ ਕਾਲੀਆਂ ਐਨਕਾਂ ਲਈ ਤੁਸੀਂ ਦੇਖੋ ਤਾਂ ਸਹੀ ਨਾ ਫੇਰ ਉੱਥੋਂ ਤੋਰ ਕੇ ਤੋਰ ਕੇ ਤੋਰ ਕੇ ਹੁਣ ਇਹ ਪਹੁੰਚਾਤਾ ਹਰਿਆਣੇ ਐਦੂ ਬਾਦ ਉੱਤਰਖੰਡ ਨੇਪਾਲ ਦੇ ਬਾਰਡਰ ਤੇ ਜਾ ਕੇ ਮੈਂ ਇੱਕ ਕਹਾਣੀ ਸੁਣਾਈ ਕਿਸੇ ਨੂੰ ਮੈਂ ਇਤਿਹਾਸ ਚ ਇੱਕ ਕਹਾਣੀ ਆ ਵੀ ਬਾਬਾ RAM ਸਿੰਘ ਨੂੰ ਕੁੱਕੇ ਨੂੰ ਜਦੋਂ ਜਲਾਬਤਨ ਕਰਨ ਲੱਗੇ ਹੂੰ ਉਹਨੂੰ ਪੁੱਛਿਆ ਵੀ ਬਾਬਾ ਜੀ ਅਸੀਂ ਤੁਹਾਡੇ ਖਾਤਰ ਕੀ ਕਰ ਸਕਦੇ ਹਾਂ ਅਧਿਕਾਰੀਆਂ ਨੇ ਉਹ ਕਹਿੰਦੇ ਜਾਂ ਗੜਬਈਆ ਮੇਰਾ ਨਾ ਬਹੁਤ ਸੇਵਾਦਾਰ ਆ ਮੇਰਾ ਇਹਨੂੰ ਮੇਰੇ ਨਾਲ ਭੇਜ ਦਿਓ ਇਸ ਤੋਂ ਪਹਿਲਾਂ ਕਿ ਅਫਸਰ ਬੋਲ ਲੇ ਉਹ ਹੱਥ ਬੰਨ ਕੇ ਕਹਿੰਦਾ ਬਾਬਾ ਜੀ ਮੇਰੀ ਤਾਂ ਡਿਊਟੀ ਇੱਥੇ ਟੱਕ ਟੱਕੇ ਪਚਾਉਣ ਦੀ ਲੱਗੀ ਹੋਈ ਸੀ ਤੁਹਾਨੂੰ ਸੌਰੀ ਮੈਂ ਨਾਲ ਨਹੀਂ ਜਾ ਸਕਦਾ ਇਹ ਜਿਹੜਾ ਆ ਰਿਹਾ ਨਾ ਪੱਪਲ ਪ੍ਰੀਤ ਦਾ ਲਿੰਕ ਕੱਲੀ ਬੀਬੀ ਦਾ ਨਾਂ ਦਿੱਤਾ ਉਹਦਾ ਪਰਿਵਾਰ ਕੀ ਹੈ ਮੈਨੂੰ ਨਹੀਂ ਪਤਾ ਨਾਲ ਇਹ ਦੇ ਖਿਲਾਫ ਕੁੜੀਆਂ ਨੇ ਸੱਚੀਆਂ ਝੂਠੀਆਂ ਗੱਲਾਂ ਨੇ ਉਹ ਚਲਾਤੀਆਂ ਇਹ ਤੁਸੀਂ ਦੇਖੋ ਤਾਂ ਫਿਰ ਸੀਸੀਟੀਵੀ ਕੈਮਰਾ ਉਹਦੀ ਪਿੱਛੋਂ ਦਿਖਾਉਂਦੇ ਨੇ ਫੋਟੋ ਛਾਤਰੀ ਲੈ ਦੀ ਜੇ ਇੱਥੇ ਕੈਮਰਾ ਮੇਰੀ ਆਉਂਦੇ ਦੀ ਵੀ ਫੋਟੋ ਖਿੱਚੂ ਹੋ ਜਾਂਦੇ ਦੀ ਵੀ ਖਿੱਚ ਮੂਰਲਾ ਪਸਾ ਕਿਉਂ ਨਹੀਂ ਦਿਖਾਇਆ ਜੀ ਮਤਲਬ ਤੁਸੀਂ ਜਦੋਂ ਗੱਲਾਂ ਨੂੰ ਨਹੀਂ ਸਮਝ ਰਹੇ ਮੈਂ ਕਹਿੰਦਾ ਮੰਨ ਲੋ ਫਰਾਰ ਆ ਪਰ ਉਹਨੂੰ ਤੋੜਿਆ ਉਸ ਰਾਹ ਜਾ ਰਿਹਾ ਜਿਵੇਂ ਏਜੰਸੀਆਂ ਚਾਹੁੰਦੀਆਂ ਨੇ ਜਾਓ ਆਪਣੀ ਗਲਤੀ ਨਾਲ ਤੁਰ ਰਿਹਾ ਉਹ ਰਾਜਸਥਾਨ ਨੂੰ ਜਾਂਦਾ ਜਿ세 ਕਾਂਗਰਸ ਸਰਕਾਰ ਸੀ ਹਰਿਆਣੇ ਚ ਬੀਜੇਪੀ ਦੀ ਉੱਤਰਾਖੰਡ ਚ ਬੀਜੇਪੀ ਦੀ ਉਹ ਕਿਹੜੇ ਰਾਹ ਤੁਰ ਰਿਹਾ ਦੂਜਾ ਉਹਦੀ ਬਾਡੀ ਇਕੱਠੀ ਕਹੀ ਜੀ ਆ ਜਿਹੜੀ ਵੱਖਰੀ ਆ ਪੰਜਾਬ ਚ ਤਾਂ ਇਹੋ ਜੇ ਬਹੁਤ ਨੇ ਹਰਿਆਣੇ ਚ ਇਹਦਾ ਬੰਦਾ ਕਿੱਥੋਂ ਲਿਆਵੋਗੇ ਉੱਤਰਾਖੰਡ ਚ ਕਿਵੇਂ ਲਿਆਵੋਗੇ ਤਾਂ ਫੜਕ ਦੇ ਦੇ ਭਾਲੇ ਜੂ ਚਾਹੇ ਮੂੰਹ ਸਿਰ ਲਵੇਟ ਲਿਆ ਅਗਲਾ ਕਹਿੰਦਾ ਐਡਾ ਲੰਮਾ ਹੈ ਤਾਂ ਸਿੱਖ ਸੋ ਇਸ ਕਰਕੇ ਬੜੇ ਸਵਾਲ ਨੇ ਬੜੇ ਸ਼ੰਕੇ ਨੇ ਇਸ ਗੱਲ ਤੇ ਮੈਂ ਤਾਂ ਇਹ ਕਹਿਣਾ ਇਹ ਤਜਰਬੇ ਤੋਂ ਵੀ ਸਿੱਖਣ ਦੀ ਲੋੜ ਆ ਆਉਣ ਵਾਲੇ ਦਿਨਾਂ 'ਚ ਸ਼ੰਕੇ ਦੂਰ ਹੋ ਜਾਣੇ ਦੇਖੋ ਜੀ ਹੁਣ ਕੀ ਬਣਦਾ ਹੁਣ ਕੋਈ ਤਾਂ ਕਹਿੰਦਾ ਇਹਨੂੰ ਬਾਹਰ ਭੇਜਣਗੇ ਜੀ ਕੋਈ ਕਹਿੰਦਾ ਉਹਨੂੰ ਸਦਾ ਲਈ ਗੁਮ ਕਰ ਦੇਣਗੇ ਜੀ ਮੈਨੂੰ ਇਹ ਲੱਗਦਾ ਵੀ ਨਾ ਤਾਂ ਉਹਨੂੰ ਬਾਹਰ ਭੇਜਣਾ ਮੇਰਾ ਪਤਾ ਜਾਇਦਾ ਗਲਤ ਹੋ ਸਕਦਾ ਨਾ ਉਹਨੂੰ ਮਾਰਨਾ ਉਹਨੂੰ ਬਦਨਾਮ ਕਰਕੇ ਉਹਦੀ ਪੱਤ ਰੋਲ ਕੇ ਉਹਦੇ ਨਾਲ ਤੁਸੀਂ ਮੰਨ ਲਓ ਜੀ ਉਹ ਘਮਨਮੋਨ ਨੂੰ ਫੜ ਕੇ ਪੇਸ਼ ਕਰ ਦੇਣ ਜਾਓ ਆਪ ਹੋ ਜੇ ਦੇਖੋ ਖਾੜਕੂ ਦੌਰ ਵੇਲੇ ਕੋਨਮਨ ਹੁੰਦੇ ਸੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹਥਿਆਰਮਦ ਲੜਾਈ ਸੀ ਮਰਨ ਮਾਰਨ ਦੀ ਸੀ ਨਿਕਲਦੇ ਸੀ ਭਜਦੇ ਸੀ ਪਰ ਇਹਦੀ ਲੜਾਈ ਤਾਂ ਸਾਹਮਣੇ ਸੀ ਨਾ ਜੇ ਮੰਨ ਲਓ ਰੱਬ ਨਾ ਕਰੇ ਇਹ ਕੋਨਮਨ ਹੁੰਦਾ ਫੜਿਆ ਜਾਏ ਤਾਂ ਜਿਹੜਾ ਅਸੀਂ ਕਹਿੰਦੇ ਅਮਰਤ ਕੀ ਹੁੰਦਾ ਉਹਦੀ ਦੁਨੀਆ 'ਚ ਕੀ ਫੱਤਰ ਹੋ ਕਿੰਨੀ ਵੱਡੀ ਬੇਇੱਜ਼ਤੀ ਹੈ ਬੇਇੱਜ਼ਤੀ ਹੁਣ ਤਾਂ ਮਤਲਬ ਆਏ ਨਹੀਂ ਸਾਰਾ ਕੁਝ ਗਵਾਚ ਜੂ ਮੈਂ ਨੁਕਸਾਨ ਆ ਜਿਹੜਾ ਬਹੁਤ ਵੱਡਾ ਕਰ ਰਹੇ ਨੇ ਵਿਚਾਰ ਦੇ ਪੱਧਰ ਤੇ ਪਰਸਪੈਕਸ਼ਨ ਦੇ ਪੱਧਰ ਤੇ ਇਹ ਵੱਡਾ ਨੁਕਸਾਨ ਆ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜਿਹੜੇ ਇਹ ਸੋਚਦੇ ਆ ਨਾ ਵੀ ਸਿੱਖਾਂ ਦੇ ਨਰੂਨੀ ਮਸਲੇ ਨੇ ਆਪ ਹੱਲ ਕਰਨੇ ਸੀ ਕੀ ਲੈਣਾ ਜਦੋਂ ਤੱਕ ਪੰਜਾਬ ਦਾ ਸਿੱਖ ਜਗਤ ਸਹੀ ਰਾਹ ਨਹੀਂ ਪੈਂਦਾ ਉਦੋਂ ਤੱਕ ਬਾਕੀ ਇਨਕਲਾਬ ਵੀ ਚੱਲਣੀ ਨਹੀਂ ਇੱਥੇ ਕਿਸਾਨ ਅੰਦੋਲਨ ਦੀ ਸਫਲਤਾ ਇਸ ਗੱਲ ਤੇ ਆ ਵੀ ਸਾਰੇ ਵਰਤਾਂਤ ਰੁਕੇ ਹੋਏ ਸੀ ਸਾਰੀ ਬਾਬਾ ਗੁਰਮਾਨਕ ਦੇ ਫਲਸਫੇ ਦੀ ਸ਼ਕਤੀ ਸਾਰੀ ਉਹਦੇ ਪਿੱਛੇ ਜੰਗ ਲੱਗੀ ਤੇ ਗੀਤ ਕੀ ਸੀ ਸਾਡੇ ਲਈ ਕਿਲਾ ਬਣ ਗਿਆ ਛੜਕਾ ਹੋਏ ਪਾਤਸ਼ਾਹ ਗੀਤ ਦੇਖੋ ਵਿਰਸੇ ਦੇ ਨਾਲ ਜੋੜਦੇ ਸੀ ਕੀ ਕਰਦੇ ਸੀ ਤੇ ਇਸ ਕਰਕੇ ਮੈਨੂੰ ਲੱਗਿਆ ਪਟਕਣਾ ਇਹਨੂੰ ਸੁਧਾਰਨ ਲਈ ਹਰ ਇੱਕ ਨੂੰ ਯਤਨ ਕਰਨੇ ਚਾਹੀਦੇ ਮੈਂ ਕਹਿੰਦਾ ਮੈਂ ਵੀ ਦੇਖੂ ਜੇ ਮੇਤੂ ਗਲ ਹੁਣ ਉਹ ਕਹਿੰਦੇ ਨੇ ਕਹਿੰਦੇ ਤੁਸੀਂ ਤਾਂ ਜ਼ੋਰ ਲਾਇਆ ਜੀ ਇਹਨੂੰ ਫੜਾਉਣ ਲਈ ਹੁਣ ਤੁਸੀਂ ਤਾਂ ਵਿਰੋਧ ਕਰਦੇ ਮਤਲਬ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਇੱਕ ਇੱਕ ਫੋਪ ਆਤੀ ਵੀਡੀਓ ਸਿੱਖਾਂ ਦੇ ਖੂਨ ਦਾ ਪਿਆਸਾ ਮਾਲੀ ਜਦੋਂ ਸਿੱਖਾਂ ਦਾ ਖੂਨ ਡੁੱਲ ਰਿਹਾ ਸੀ ਮਾਲੀ ਨੇ ਤਾਂ ਉਦੋਂ ਵੀ ਇੱਕ ਦਾ ਕੇ ਲੜਿਆ ਆ ਹੋਇਆ ਮੈਂ ਅੱਜ ਵੀ ਖੜਾ ਹਾਂ ਤੁਹਾਡੇ ਸਾਹਮਣੇ ਮੇਰੀਆਂ ਕਿਉਂ ਸਾਰਾ ਕੁਝ ਬੰਦ ਹੋ ਰਿਹਾ ਜੀ ਮੇਰੀਆਂ ਸਾਰੀਆਂ ਜੇ ਮੈਂ ਸਿੱਖਾਂ ਦੇ ਖਿਲਾਫ ਹਕੂਮਤ ਦੇ ਪੱਖ 'ਚ ਆ ਤੇ ਮੇਰੇ ਤੇ ਉਦੋਂ ਵੀ ਮੇਰਾ ਜਨਤਕ ਪਾਗਮ ਪਰਚਾ ਸੀ ਮੈਂ ਸੰਪਾਦਕ ਸੀ ਉਹ ਉਦੋਂ ਉਹ ਬੈਨ ਕਰਤਾ ਸੀ ਮੇਰਾ ਐਨਐਸਏ ਦਾ ਕੇਸ ਆ ਉਹ ਤਾਂ ਸਾਰਾ ਆਧਾਰ ਲਿਖਤਾਂ ਨੇ ਮੇਰੀਆਂ ਮੀਰ ਮੰਨੂ ਚ ਰਵੇਰੋ ਚ ਮੀਰ ਮੰਨੂ ਦੀ ਰੂਹ ਦਾਖਲ ਇਹ ਜੇ ਹੈਡਿੰਗ ਲੱਗਦੇ ਹੁੰਦੇ ਸੀ ਸਾਡੇ ਦੋ ਪੁਆਇੰਟ ਉਹਨਾਂ ਨੇ ਗਲਤ ਪਾਈ ਸੀ ਇੱਕ ਤਾਂ ਵੀ ਰਾਮਪੁਰੇ ਦੇ ਨਾਲ ਇੱਕ ਰਾਮਾ ਪਿੰਡਾ ਉੱਥੇ ਮਾਲੀ ਨੇ ਮੀਟਿੰਗ ਕੀਤੀ ਵੀ ਆਪਾਂ ਹਿੰਦੂਆਂ ਨੂੰ ਵਧਣਾ ਖਾਲਿਸਤਾਨ ਬਣਾਉਣਾ ਇੱਕ ਅਹੀਂ ਦੀ ਮੀਟਿੰਗ ਭਵਾਨੀਗੜ ਕੀਤੀ ਸਭ ਨੂੰ ਪਤਾ ਹੈ ਅਸੀਂ ਤਾਂ ਹਿੰਦੂਆਂ ਦੇ ਕਤਲ ਦਾ ਵਿਰੋਧ ਕਰਦੇ ਰਹੇ ਮੈਂ ਤਾਂ ਜਿਹੜੇ ਪੁਲਿਸ ਪਰਿਵਾਰ ਮਾਰੇ ਸੀ ਮੈਂ ਤਾਂ ਉਹਨਾਂ ਦਾ ਵੀ ਵਿਰੋਧ ਕੀਤਾ ਸੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜਦੋਂ ਮੇ ਲੱਡੇ ਕੋਠੀ ਇੰਟਰੋਗੇਸ਼ਨ ਹੋਈ ਸੀ ਜੀ ਉਹ ਮੈਨੂੰ ਕਹਿੰਦੇ ਵੀ ਠੀਕ ਆ ਤੂੰ ਉਹਨਾਂ ਦਾ ਵਿਰੋਧ ਕਰਦਾ ਜਿਹੜੇ ਉਹ ਮਾਰਦੇ ਨੇ ਪੁਲਿਸ ਦੇ ਪਰਿਵਾਰ ਮਾਰਦੇ ਨੇ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹ ਕੁਦਰਤੀ ਗੱਲ ਹੁੰਦੀ ਆ ਮੈਂ ਕਹੇ ਮੈਂ ਵਿਰੋਧ ਕੀਤਾ ਹੈ ਮੇਰੇ ਰਾਈਟਸ ਵੱਲੋਂ ਉੱਥੇ ਇੱਕ ਅਫਸਰ ਕਹਿੰਦਾ ਹਾਂ ਜੀ ਕਹਿੰਦਾ ਇੰਡੀਅਨ ਅਸਪੈਰਸ ਇਹਦੀ ਮੇਨ ਸੁੱਖੀ ਲੱਗੀ ਸੀ ਇਹਨੇ ਵਿਰੋਧ ਕੀਤਾ ਸੋ ਇਸ ਕਰਕੇ ਜੇ ਤੁਸੀਂ ਸੱਚ ਤੇ ਖੜਦੇ ਹੋ ਕਿਤੇ ਨਾ ਕਿਤੇ ਤੁਹਾਡੇ ਕੰਮ ਵੀ ਆ ਜਾਂਦਾ ਸੋ ਠੰਡੇ ਮਨ ਨਾਲ ਵਿਚਾਰੋ ਹਾਲੇ ਵੀ ਕੋਈ ਭਟਕਣ ਦੀ ਲੋੜ ਨਹੀਂ ਮਤਲਬ ਮਨੁੱਖੀ ਹੱਕਾਂ ਲਈ ਕਾਨੂੰਨੀ ਹੱਕਾਂ ਲਈ ਲੜੋ ਜਿਹੜਾ ਜੇ ਪੰਜਾਬ ਦਾ 150 ਮੁੰਡਾ ਇਹਨਾਂ ਨੇ ਬਾਹਰ ਲਿਆਂ ਜੇਲਾਂ ਚ ਭੇਜਤਾ ਬਾਈ ਜੀ ਪੰਜਾਬ ਚਾਂਮਨ ਚੈਨ ਨਹੀਂ ਹੋਣਾ ਫਿਰ ਤੁਸੀਂ ਦੇਖੋ ਦੁੱਖ ਆ ਜਿਹੜਾ ਦੂਜਾ ਨਵਾਂ ਕੰਮ ਖੋਲ ਲਿਆ ਵੀ ਅਸੀਂ ਫੜਾਂਗੇ ਦਰਿਆਫਤ ਕਰਾਂਗੇ ਛੱਡਾਂਗੇ ਇਹ ਸਾਰੀ ਨਵੇਂ ਸੋਨੇ ਦੀ ਖਾਨ ਖੋਲ ਲੀਏ ਨੇ ਤਾਂ ਐਂ ਕਰਦੇ ਸੀ ਪਹਿਲਾਂ ਖੜਕੂ ਬਾਦ ਵੇਲੇ ਵੀ ਇਹ ਕਰਦੇ ਸੀ ਖੜਕ ਮੰਨ ਲਓ ਤੇਰੇ ਕੋਲੇ ਲੱਖ 2 ਲੱਖ ਰੁਪਏ ਰੱਖ ਗਏ ਪੰਜਵੇਂ ਦਿਨ ਲੈ ਗਏ ਉਹ ਫੜੇ ਗਏ ਉਹਨਾਂ ਨੇ ਦੱਸਤਾ ਉਹ ਤੈਨੂੰ ਕਹਿਣਗੇ 2 ਲੱਖ ਤੂੰ ਕਹੇਂਗਾ ਉਹ ਤਾਂ ਲੈ ਗਿਆ ਸੀ 2 ਲੱਖ ਦੇਣਾ ਗੱਲ ਇਹ ਕਰਕੇ ਐ ਹੋਇਆ ਸਾਰਾ ਕੰਮ ਆਈ ਹੁਣ ਕਰਨਗੇ ਜਿਹੜੇ ਮੀ ਪੈਸੇ ਵਾਲੇ ਬੰਦੇ ਨੇ ਉਹ ਛੁੱਟ ਜਾਣਗੇ ਜਿਹੜੇ ਗਰੀਬ ਨੇ ਉਹਨਾਂ ਨੂੰ ਧੱਕੀ ਜਾਣਗੇ ਉਧਰ ਸੋ ਸੋਚਣਾ ਚਾਹੀਦਾ ਸਾਰ ਜੀ ਮਾਲੀ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋ ਐਸੀ ਮਾਲਵਿੰਦਰ ਸਿੰਘ ਮਾਲੀ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਆਪਣੇ ਦੋਸਤ ਰਤਨਦੀਪ ਸੰਤਾਲੀ ਜੀ ਨੂੰ ਜੀ ਆਇਆਂ ਦੇ ਕੇ ਰਹੋ ਤੁਹਾਡੇ ਬਹੁਤ ਬਹੁਤ ਜੀ ਆਪਣਾ ਸਮਾਂ ਦਿੱਤਾ ਜੀ ਧੰਨਵਾਦ